ਹੈਲੋ ਅਤੇ ਜੀ ਆਇਆਂ ਨੂੰ ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਦੋ ਮਸਲਿਆਂ ਦੀ ਜਿਨ੍ਹਾਂ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਪਰਿਵਾਰ ਸ਼ਿਕੰਜੇ 'ਚ ਫਸੇ ਲੱਗਦੇ ਨੇ। ਇੱਕ ਹੈ ਬੱਸ ਦਾ ਮਸਲਾ, ਜਿਸ ਉੱਪਰ ਹਾਈਕੋਰਟ ਨੇ ਕੁਝ ਅਹਿਮ ਜਾਣਕਾਰੀ ਮੰਗੀ ਹੈ, ਦਸਤਾਵੇਜ਼ ਮੰਗੇ ਨੇ, ਅਤੇ ਦੂਜਾ ਇੱਕ ਵਿਵਾਦ ਜਿਹੜਾ ਉਹਨਾਂ ਦੇ ਪੱਲਨਪੁਰ 'ਚ ਬਣ ਰਹੇ ਹੋਟਲ ਜਾਂ ਰਿਜ਼ੋਰਟ ਉੱਤੇ ਛਿੜਿਆ ਹੈ। ਤੁਹਾਡੇ ਤੋਂ ਵੀ ਇਹਨਾਂ ਦੋਵਾਂ ਮਸਲਿਆਂ 'ਤੇ ਵਿਚਾਰ ਆਪਾਂ ਲਵਾਂਗੇ, ਤੁਹਾਡੇ ਵਿਚਾਰ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਅਤੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਲਾਈਵ ਹਰ ਹਫ਼ਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਜੇ। ਰੋਜ਼ ਵਾਂਗੂ ਤੁਸੀਂ ਲਾਈਵ ਸ਼ੋਅ ਵੇਲੇ ਕਾਲ ਕਰ ਸਕਦੇ ਜੇ, ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰ ਸਕਦੇ ਜੇ। ਜਿਸ ਵੇਲੇ ਸ਼ੋਅ ਦੇ ਰਿਪੀਟ ਸ਼ੋਅ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ। ਜਿਸ ਵੇਲੇ ਸ਼ੋਅ ਉੱਤੇ ਰਿਕਾਰਡਡ ਲਿਖਿਆ ਆਉਂਦਾ ਹੈ ਕਾਲ ਕਰਨ ਦੀ ਕੋਸ਼ਿਸ਼ ਨਾ ਕਰਿਓ। ਹੁਣ ਅੱਜ ਦਾ ਮਸਲਾ ਜਿੱਥੇ ਆਪਾਂ ਗੱਲ ਕਰਨੀ ਹੈ, ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਘਰੋਂ ਹਰਸਿਮਰਤ ਕੌਰ ਬਾਦਲ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇੱਕ ਪਟੀਸ਼ਨ ਉੱਪਰ ਜਾਰੀ ਹੋਇਆ ਹੈ ਜੋ ਵਕੀਲ ਜਸਦੀਪ ਸਿੰਘ ਬੈਂਸ ਨੇ ਦਾਇਰ ਕੀਤੀ ਹੈ। ਇਸ 'ਚ ਇਸ ਵਕੀਲ ਸਾਹਿਬ ਨੇ ਮੋਗਾ ਬੱਸ ਕਾਂਡ ਉੱਤੇ CBI ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਸਾਰੇ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਜਿਨ੍ਹਾਂ ਦੀਆਂ 10 ਤੋਂ ਵੱਧ ਬੱਸਾਂ ਨੇ ਉਹਨਾਂ ਦੀ ਜਾਣਕਾਰੀ, ਉਹਨਾਂ ਦੀਆਂ ਡਿਟੇਲਸ ਯਾਨੀ ਵੇਰਵਾ ਮੰਗਿਆ ਹੈ। ਇਹਨਾਂ ਟਰਾਂਸਪੋਰਟਰਾਂ ਦੀਆਂ ਪਿਛਲੇ 5 ਸਾਲਾਂ ਦੀਆਂ ਜਿਹੜੀਆਂ ਬੈਲੈਂਸ ਸ਼ੀਟਸ ਹੁੰਦੀਆਂ ਵਾ ਉਹ ਵੀ ਕੋਰਟ ਨੇ ਮੰਗੀਆਂ ਨੇ। ਇਸ ਦੇ ਨਾਲ ਹੀ ਪੰਜਾਬ ਪੁਲਿਸ ਤੋਂ ਪਿਛਲੇ ਕੁਝ ਅਰਸੇ ਤੋਂ ਬੱਸ ਕੰਪਨੀਆਂ ਦੇ ਖਿਲਾਫ਼ ਜਿੰਨੇ FIR ਔਰ ਜਿੰਨੇ ਚਲਾਨ ਹੋਏ ਆ ਪਿਛਲੇ ਸਾਲ ਦੇ ਵਿੱਚ, ਜਿੰਨੇ ਚਲਾਨ ਹੋਏ ਆ ਉਹਨਾਂ ਦਾ ਵੇਰਵਾ ਵੀ ਮੰਗਿਆ ਹੈ। ਇਸ ਸਭ ਤੋਂ ਮੈਨੂੰ ਇੰਝ ਲੱਗਦਾ ਹੈ ਕਿ ਕੋਰਟ ਨੇ ਕੋਰਟ ਵੇਖਣਾ ਚਾਹੁੰਦਾ ਵਾ ਵੀ ਕੁਝ ਨਿੱਜੀ ਬੱਸ ਕੰਪਨੀਆਂ ਨੂੰ ਨਜਾਇਜ਼ ਫਾਇਦੇ ਅਤੇ ਪਿਛਲੇ ਕੁਝ ਸਮੇਂ ਦੇ ਵਿੱਚ ਨਹੀਂ ਪਹੁੰਚੇ। ਤੁਸੀਂ ਵੀ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੁਣ ਸਭ ਕੁਝ ਬਾਹਰ ਆ ਜਾਵੇਗਾ ਕਿ ਨਹੀਂ, ਕੀ ਬਾਦਲਸ ਦੇ ਕਾਰੋਬਾਰ ਦੀ ਸਹੀ ਜਾਂਚ ਹੋ ਸਕੇਗੀ। ਤੁਸੀਂ ਵੇਖਿਆ ਹੀ ਆ ਵੀ ਕਾਫੀ ਦੇਰ ਤੋਂ, ਇਨਫੈਕਟ ਕਾਫੀ ਅਰਸੇ ਤੋਂ ਇਹ ਚੀਜ਼ ਜਿਹੜੀ ਆ ਇਹਦੀ ਮੰਗ ਹੋ ਰਹੀ ਆ ਕਿ ਇੱਕ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਇੱਥੇ ਕਨਫਲਿਕਟ ਆਫ ਇੰਟਰਸਟ ਆ, ਇਨਫੈਕਟ ਅਖਬਾਰਾਂ 'ਚ ਵੀ ਕਈ ਸਾਲਾਂ ਤੋਂ ਇਹ ਖਬਰਾਂ ਆ ਰਹੀਆਂ ਵਾ। ਔਰ ਜਦੋਂ ਤੋਂ ਮੋਗਾ ਦਾ ਮਸਲਾ ਹੋਇਆ ਵਾ, ਮੋਗਾ ਦਾ ਬੱਸ ਕਾਂਡ ਹੋਇਆ ਜਿਹਦੇ 'ਚ ਅਰਸ਼ਦੀਪ ਕੌਰ ਨਾਂ ਦੀ 13 ਸਾਲ ਦੀ ਲੜਕੀ ਆ ਜਿਹਦੀ ਜਾਨ ਚਲੀ ਗਈ ਸੀ, ਉਸ ਤੋਂ ਬਾਅਦ ਇਹ ਜਿਹੜੀਆਂ ਮੰਗਾਂ ਵਾ ਇਹ ਹੋਰ ਵੱਧ ਗਈਆਂ ਵਾ, ਮੁਜ਼ਾਹਰੇ ਹੋ ਰਹੇ ਆ। ਇਨਫੈਕਟ ਪਿਛਲੇ 2 ਦਿਨਾਂ ਦੇ ਵਿੱਚ ਵੀ ਫਰੀਦਕੋਟ ਦੇ ਵਿੱਚ ਉੱਥੇ ਮੁਜ਼ਾਹਰੇ ਹੋਏ। ਤੁਸੀਂ ਵੇਖਿਆ ਹੀ ਆ ਕਿ ਕਾਂਗਰਸ ਦੇ ਕੁਝ ਲੀਡਰ ਜਿਹੜੇ ਆ ਉਹ ਫਰੀਦਕੋਟ ਜੇਲ੍ਹ 'ਚ ਪਹੁੰਚ ਗਏ, ਉਹ ਮੰਗ ਕਰ ਰਿਹਾ ਵੀ ਜਿਹੜੇ ਲੋਕਾਂ ਨੂੰ ਇਨਫੈਕਟ ਜੇਲ੍ਹ ਦੇ ਵਿੱਚ ਇਸ ਵੇਲੇ ਅੰਦਰ ਬੰਦ ਕੀਤਾ ਵਾ ਕਿਉਂਕਿ ਉਹ ਇੱਕ ਦਿਨ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇੱਕ ਤਾਂ ਹੈ ਬੱਸ ਦਾ ਮਸਲਾ, ਦੂਜਾ ਮਸਲਾ ਔਰ ਬੱਸ ਦੇ ਮਸਲੇ ਨੂੰ ਵੀ ਹਾਈਕੋਰਟ ਨੇ ਉਹਦੇ 'ਚ ਦਖਲ ਦਿੱਤਾ ਵਾ। ਦੂਜਾ ਮਸਲਾ ਇਹ ਚੰਡੀਗੜ੍ਹ ਦੇ ਨੇੜੇ ਪੱਲਨਪੁਰ ਇੱਕ ਜਗ੍ਹਾ ਵਾ, ਮੇਰੇ ਖਿਆਲ 15-17 ਕਿਲੋਮੀਟਰ ਹੋਣੀ ਚੰਡੀਗੜ੍ਹ ਤੋਂ, ਉੱਥੇ ਬਣ ਰਹੇ ਹੋਟਲ ਅਤੇ ਰਿਜ਼ੋਰਟ ਦਾ ਮੈਟਰੋ ਈਕੋ ਗ੍ਰੀਨਸ ਨਾਂ ਦਾ ਇਸ ਰਿਜ਼ੋਰਟ ਉੱਤੇ ਕੁਝ ਸਮੇਂ ਤੋਂ ਵਿਵਾਦ ਛਿੜਿਆ ਹੋਇਆ ਹੈ। ਕੁਝ ਵਿਰੋਧੀ ਧਿਰ ਇਹ ਇਲਜ਼ਾਮ ਲਾ ਰਹੇ ਨੇ ਕਿ ਮੁੱਲਾਂਪੁਰ ਇਲਾਕੇ 'ਚ ਨਿਊ ਚੰਡੀਗੜ੍ਹ ਨਾਂ ਦੀ ਟਾਊਨਸ਼ਿਪ ਇਸ ਰਿਜ਼ੋਰਟ ਨੂੰ ਫਾਇਦਾ ਦੇਣ ਲਈ ਬਣਾਈ ਜਾ ਰਹੀ ਹੈ। ਇਸ ਟਾਊਨਸ਼ਿਪ ਵਾਸਤੇ ਚੰਡੀਗੜ੍ਹ ਤੋਂ ਸਿਸਵਾਂ ਅਤੇ ਅੱਗੇ ਸਿਸਵਾਂ ਤੋਂ ਕੁਰਾਲੀ ਵਾਸਤੇ 1 6-ਮਾਰਗੀ 100-ਫੁੱਟੀ ਸੜਕ ਬਣ ਰਹੀ ਹੈ। ਤੁਸੀਂ ਆ ਦੇਖ ਰਹੇ ਜੇ ਜਿਹੜੇ ਸ਼ਾਰਟ ਸਕਰੀਨ ਦੇ ਉੱਤੇ ਆ ਰਹੇ ਨੇ। ਹੁਣ ਇੱਕ ਨਵਾਂ ਮਸਲਾ ਸਾਹਮਣੇ ਆਇਆ ਹੈ ਜਿਸ ਨੂੰ ਮੈਂ 6 ਦਿਨ ਪਹਿਲਾਂ ਆਪਣੇ ਵੀਡੀਓ ਬਲੌਗ ਰਾਹੀਂ ਉਜਾਗਰ ਕੀਤਾ ਸੀ। ਪੰਜਾਬ ਸਰਕਾਰ ਸਿਸਵਾਂ ਦੇ ਵਿੱਚ ਉੱਥੇ ਇੱਕ ਟੀ ਜੰਕਸ਼ਨ ਹੈ, ਇੱਕ ਸੜਕ ਜਾਂਦੀ ਹੈ ਕੁਰਾਲੀ ਨੂੰ ਚਲੀ ਜਾਂਦੀ, ਦੂਜੀ ਬੱਦੀ ਨੂੰ ਚਲੀ ਜਾਂਦੀ ਹੈ, ਔਰ ਇੱਧਰੋਂ ਚੰਡੀਗੜ੍ਹ ਤੋਂ ਸੜਕ ਆ ਰਹੀ ਹੈ। ਸੋ ਜਿਹੜਾ ਟੀ ਜੰਕਸ਼ਨ ਆ ਉੱਥੋਂ 1.5 ਕਿਲੋਮੀਟਰ ਦੀ ਸੜਕ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆ ਜਿਹੜਾ ਇੱਕ ਉੱਥੇ ਹੋਟਲ ਬਣ ਰਿਹਾ ਵਾ ਮੈਟਰੋ ਈਕੋ ਰਿਜ਼ੋਰਟਸ, ਇਹ ਉੱਥੋਂ ਤੱਕ ਬਣ ਰਹੀ ਹੈ। ਜਿਹੜੀਆਂ ਹੁਣ ਮੀਡੀਆ ਦੇ ਵਿੱਚ ਹੋਰ ਖਬਰਾਂ ਆਈਆਂ ਵਾ ਉਹਨਾਂ ਦੇ ਮੁਤਾਬਕ ਇਸ ਸੜਕ ਦਾ ਖਰਚਾ ਆ ਰਿਹਾ ਵਾ ਕਰੀਬ 29 ਕਰੋੜ। ਸੋ ਇਹ ਸ਼ਰੇਆਮ ਸਰਕਾਰੀ ਪੈਸੇ, ਤਾਕਤ ਅਤੇ ਅਮਲੇ ਦਾ ਤੁਸੀਂ ਦੇਖ ਰਹੇ ਜੇ ਆਹ ਸੜਕ ਬਣ ਰਹੀ ਹੈ ਜਿਹੜੀ ਬਣ ਰਹੀ ਹੈ, ਇਹ ਮੇਰੇ ਹਿਸਾਬ ਨਾਲ ਇਹ ਸ਼ਰੇਆਮ ਸਰਕਾਰੀ ਪੈਸੇ, ਤਾਕਤ ਅਤੇ ਅਮਲੇ ਦਾ ਦੁਰਉਪਯੋਗ ਹੈ। ਹੁਣ ਇਸ ਮਸਲੇ ਨੂੰ
बाकी मीडिया ने भी चुकया है। इनफैक्ट इंडियन एक्सप्रेस ने 2 दिन पहलों बड़ी डिटेल एक खबर दी सी, फोटो भी उतों दियाँ छापिया सी। कल दिल्ली के टीवी चैनल इस मसले को बड़ी दलेरी नाल चुक रहे हैं। एक अद्धे घंटे का प्रोग्राम मेरा टाइम्स नौ ते भी कल वेख्या सी। इनफैक्ट ये कुछ जिमीदार जिहड़े कोर्ट के भी गए है। ये जिमीदार वो ने जिन्हां दी जमीन इस सड़क वास्ते जिहड़ी ये टी पॉइंट तो सिसवां तो पलनपुर और जिहड़ा फ्लाईओवर बन रहा सिसवां दे विच उहदे वास्ते ये जिमीदारां दी जिहड़ी सड़क है ये लई आ। कई जिमीदार जिहड़े आ दूजी वारी उजड़ के उजड़ रहे हैं, क्योंकि पहली वारी जो चंडीगढ़ बनिया सी उदों ये बेकार होए सी। 1950-52 की गल है। इनफैक्ट साडे नाल कुछ सज्जन जुड़ गए आ और उन्हां दा दृष्टिकोण सुनदे आ ते फिर मैं अगे होर इहदे बारे वेरवा दऊंगा। हैलो, हाँ जी भाई, सत श्री अकाल। सत श्री अकाल जी। हाँ जी, कुलबीर बोल रही हूँ। हाँ जी हाँ जी, कुलबीर कौर जी स्वागत है शो दे विच, दसो की कहना चाहते जे? जेड़ा ये बनाने लगे हैगे आ जी पुल, एदे ते मैं बात चाहनी हूँ। पहला मैं दूजा एक टॉपिक होर तुहाडे मंत्री, पहला सिक्ख्या मंत्री होंदे ते हुण पंचायत मंत्री हैगे मलूका, मिस्टर मलूका सिकंदर सिंह मलूका। हाँ जी मतलब लोग ब्याह कर सकंगे जी। सिर्फ एक जरा है ना ये मतलब छोशा जा छे असल च मतलब यह है भी कितने कितने अस अपनी मनोपली कर लिए। पहला इन्होंने केबल से कर लिया, फिर इन्होंने जी अपनी बसा से कर लिया, होटल बना ले, ये सारा कुछ मतलब यह अपने आप से ना मनोपली कर रहे हैं सारे सिस्टम से। जिथे भी चार पैसे बनते हैं उत्थे इन्हों रेवेन्यू इकट्ठा कर लिए असी। बिल्कुल कुलबीर कौर जी, जरा मैरिज पैलेस का प्रपोजल आ भी सरकारी पैसे नाल मैरिज पैलेस बनने हैं, ये सरकारी पैसे का दुरउपयोग आ। इनफैक्ट साढ़े पंजाब दे विच अगे ही शायद जरूरत तो ज़्यादा मैरिज पैलेस ऑलरेडी बने हैं। तुसीं जे चंडीगढ़ के नेड़े वेखो या हर शहर के नेड़े वेखो तो मेरे ख्याल पता नहीं किन्ने क मैरिज पैलेस इस वेले बने हैं। कई बार तो यह भी लगता वा भी शायद ये पता नहीं है सारे जिहड़े अपने आप नूं सस्टेन भी कर सकते कि नहीं कर सकते। इनफैक्ट कोशिश सरकार की होनी चाहिए है जो इत्थे वातावरण बनया वा कि कोशिश यह होनी चाहिए आ भी लोग मैरिजिज के उत्ते घट खर्च कर। एक इत्थे सिस्टम ही बन गया वा भी मैरिजिज से करोड़ों रुपए जड़े आ और आम आदमी जड़ा वा वह भी लखा रुपए तो खर्चता ही है। सो कोशिश यह होनी चाहिए आ भी इन कामों पर घट पैसा खर्चा जाए। मैं अगे भी एक दिन उदाहरण दिता सीगा भी पाकिस्तान वर्गे मुल्क दे विच भी, पाकिस्तान दे पंजाब दे विच भी, पाकिस्तान दे विच भी उत्थे सिस्टम यह बनया वा कि सिर्फ 2 या 3 डिशिज जिहड़ियां वा वो ही सर्व हुंदियां वा खाने जो मैरिज दी जो मैरिज हुंदी है। खाना जिहड़ा हुंदा वा वड्डा खाना जिहड़ा उत्थे भी 2-3 डिशिज ही सर्व हुंदियां वा। साढ़े इत्थे इन्नियां क डिशिज सर्व हुंदियां वा, इन्ना क वड्डा उत्थे स्प्रैड हुंदा खाने का भी तुसीं पहुँच भी नहीं सकते, तुसीं सारे टेबलों पर वेख भी नहीं सकते भी की कुछ उत्थे सर्व हो रहा। आफ्टरऑल क्योंकि खाने की तो एक लिमिट हुंदी है। सो मैरिज पैलेसिस की इस वेले बिल्कुल लोड़ नहीं, इत्थे स्कूल कॉलेज के हस्पतालों की लोड़ है इस वेले साढ़े पंजाब दे विच। और मैरिज पैलेस अगे ही प्राइवेट बहुत है, मेरे ख्याल सरकारी पैसा सरकार तो अगे सरकार को लोगों तनखा देने लिए तो पैसे है नहीं तो मैरिज पैलेस तो कितों खर्चने हैं। सो बिल्कुल गलत प्रपोजल है जिहड़ा उन्होंने दिता वा। कुलबीर कौर जी धन्नवाद, तुसीं कॉल कीती, एक होर सज्जन ने साढ़े नाल, उन्हां दी भी गल सुणदे हां। हैलो हैलो, सत श्री अकाल वीर जी, मैं गुरचरण बोल रही हां। हां जी गुरचरण कौर जी, स्वागत है शो दे विच। मैनूं बड़ी खुशी आ कि अज बीबियां ने पहल कीती और बीबियां ही कॉल कर रही हैं जी। हां जी वीर जी, जिहड़ा सिकंदर सिंह मलूका का बयान आ भी सगों उन्हां नूं इह तां कहना चाहीदा तां इह सी भी मैरिज पैलसां च ब्याह ना करो, घट खर्चा करो, ते सगों होर बढ़ावा दिंदे आ। उह कहिंदे असीं सरकारी मैरिज पैलेस बना देणे। बिल्कुल जी गुरचरण कौर जी, मैं तुहाडे नाल सहमत हाँ। इनफैक्ट तुहानूं पता होणा पुराने जमाने दे विच बहुत वधिया सिस्टम हुंदा सीगा, घरां दे विच मैरिजिज हुंदियां सीगियां, घरां दे विच ही सगन सारे हुंदे सीगे, बहुत चंगा जिहड़ा एक सिस्टम बणिया सीगा। गुरु महाराज की सवारी जिहड़ी आ घर च आउंदी सीगी, उत्थे ही सारा सिस्टम हुंदा सीगा, सारे रिश्तेदार जिहड़े आ ओह मैरिज दे विच हिस्सा लै सकदे सीगे। सो ओह बड़ा बड़ा वधिया सिस्टम सीगा। हुण इनफैक्ट विआह किते हो रहा हुंदा वा, लावां फेरे किते हुंदे आ, लोकी उत्थे पहुँच ही नहीं सकते,
ਉੱਥੇ ਬਹੁਤ ਜ਼ਿਆਦਾ ਖਰਚ ਹੁੰਦਾ, ਸ਼ਰਾਬਾਂ ਵਗੈਰਾ, ਉੱਥੇ ਮਿਊਜ਼ਿਕ, ਮਤਲਬ ਇਨਫੈਕਟ ਇੱਕ ਇੱਕ ਪੂਰਾ ਪੂਰਾ ਦਿਨ ਲੋਕਾਂ ਦਾ ਇਸੇ ਕੰਮ ਦੇ ਵਿੱਚ ਹੀ ਲੱਗ ਜਾਂਦਾ। ਔਰ ਪਰਿਵਾਰ ਜਦੋਂ ਵਿਆਹ ਖਤਮ ਹੋ ਜਾਂਦਾ ਵਾ, ਉਦੋਂ ਬਾਅਦ 'ਚ ਉਹਨੂੰ ਲੱਗਦਾ ਪਤਾ ਵੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ। ਇੱਕ ਤਰੀਕੇ ਨਾਲ ਪਰਿਵਾਰ ਜਿਹੜਾ ਵਾ ਉਹ ਵਿਆਹ ਕਰਨ ਤੋਂ ਬਾਅਦ ਉਜੜਿਆ ਫੀਲ ਕਰਦਾ ਵਾ। ਬਿਲਕੁਲ ਤੁਸੀਂ ਸਹੀ ਕਿਹਾ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਪੈਸੇ ਘੱਟ ਖਰਚ ਹੋਣ, ਔਰ ਘਰਾਂ ਦੇ ਵਿੱਚ ਜਾਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੜੀ ਇੱਕ ਸਧਾਰਨ ਸਿੰਪਲ ਜਿਹੜੀ ਵੈਡਿੰਗ ਆ ਉਹ ਹੋਵੇ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਔਰ ਉਹਨਾਂ ਦਾ ਵੀ ਦ੍ਰਿਸ਼ਟੀਕੋਣ ਸੁਣਦੇ ਹਾਂ। ਮੇਰੇ ਖਿਆਲ ਕੱਟ ਹੋ ਗਿਆ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਦੋ ਮਸਲੇ ਆ, ਇੱਕ ਬੱਸ ਦਾ ਮਸਲਾ ਅਤੇ ਇੱਕ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਪੱਲਣਪੁਰ 'ਚ ਜਿਹੜਾ ਰਿਜ਼ੋਰਟ ਆ। ਇਹ ਜਿਹੜਾ ਪੱਲਣਪੁਰ 'ਚ ਰਿਜ਼ੋਰਟ ਆ ਜਿਹਦੀ ਮੈਂ ਗੱਲ ਕਰ ਰਿਹਾ ਵਾਂ, ਇਹਦੇ 'ਚ ਜੇ ਤੁਸੀਂ ਰਜਿਸਟਰਾਰ ਆਫ ਕੰਪਨੀਜ਼ ਦੀ ਵੈਬਸਾਈਟ 'ਤੇ ਜਾਓ ਤਾਂ ਉੱਥੋਂ ਜੋ ਜਾਣਕਾਰੀ ਮਿਲਦੀ ਆ, ਜ਼ਿਆਦਾ ਸ਼ੇਅਰ ਇਹਦੇ ਵਿੱਚ ਇਨਫੈਕਟ ਹਰਸਿਮਰਤ ਕੌਰ ਬਾਦਲ ਦਾ ਵਾ। ਸੁਖਬੀਰ ਸਿੰਘ ਬਾਦਲ ਨਾਲੋਂ ਵੀ ਜ਼ਿਆਦਾ ਸ਼ੇਅਰ ਉਹਨਾਂ ਦਾ। ਵੈਸੇ ਤਾਂ ਇੱਕੋ ਹੀ ਗੱਲ ਆ, ਘਰ ਦੀ ਗੱਲ ਆ ਉਹਨਾਂ ਦੀ। ਔਰ ਮੈਂ ਹੈਰਾਨ ਆ ਵੀ ਇਹਦੇ ਵਿੱਚੋਂ ਉਹਨਾਂ ਨੇ ਆਪਣਾ ਸ਼ੇਅਰ ਕੱਢਿਆ ਕਿਉਂ ਨਹੀਂ, ਕਿਉਂਕਿ ਜਦੋਂ ਮੋਦੀ ਸਰਕਾਰ ਬਣੀ ਸੀਗੀ ਤਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਆਪਣੇ ਸਾਰੇ ਮਿਨਿਸਟਰਾਂ ਨੂੰ ਕਿ ਤੁਹਾਡਾ ਕੋਈ ਬਿਜ਼ਨਸ ਇੰਟਰਸਟ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਨੇ ਉਸ ਵੇਲੇ ਔਰਬਿਟ ਰਿਜ਼ੋਰਟਸ ਜਿਹੜੀ ਨਾਂ ਦੀ ਗੁੜਗਾਉਂ ਦੀ ਕੰਪਨੀ ਆ, ਉਹਦੇ 'ਚੋਂ ਉਹਨਾਂ ਨੇ ਆਪਣਾ ਹਿੱਸਾ ਤਾਂ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਅੱਡ ਕਰ ਲਿਆ ਸੀਗਾ, ਕਿਉਂਕਿ ਉੱਥੇ ਉਹ ਪਹਿਲਾਂ MD ਸਨ ਬਤੌਰ ਮੈਨੇਜਿੰਗ ਡਾਇਰੈਕਟਰ। ਉਹਨਾਂ ਨੇ ਆਪਣੇ ਆਪ ਤੋਂ ਉੱਥੋਂ ਅੱਡ ਕਰ ਲਿਆ ਸੀਗਾ, ਕਿਉਂਕਿ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਇੱਕ ਕੋਡ ਆਫ ਕੰਡਕਟ ਸਾਰੇ ਮਿਨਿਸਟਰਸ ਨੂੰ ਫੋਲੋ ਕਰਨਾ ਚਾਹੀਦਾ ਵਾ। ਪਰ ਸਟੇਟਾਂ ਦੇ ਵਿੱਚ ਇਹ ਲਾਗੂ ਨਹੀਂ ਹੋਇਆ। ਚਾਹੀਦਾ ਤਾਂ ਇਹ ਸੀਗਾ ਵੀ ਰਾਜ ਸਰਕਾਰਾਂ ਨੂੰ ਆਪੇ ਹੀ ਇਹੋ ਜਿਹਾ ਕੋਡ ਆਫ ਕੰਡਕਟ ਲਾਗੂ ਕਰਨ, ਪਰ ਉਹਨਾਂ ਨੇ ਇਹ ਲਾਗੂ ਨਹੀਂ ਕੀਤਾ। ਇਹ ਜਿਹੜਾ ਮਸਲਾ ਵਾ, ਇਹ ਇਸ ਵੇਲੇ ਜਿਹੜਾ ਪੱਲਣਪੁਰ ਰਿਜ਼ੋਰਟ ਦਾ ਮਸਲਾ ਵਾ, ਇਹ ਹਾਈਕੋਰਟ ਦੇ ਵਿੱਚ ਵੀ ਗਿਆ, ਕਿਉਂਕਿ ਕਾਫੀ ਜ਼ਿੰਮੇਦਾਰ ਆ ਉਸ ਇਲਾਕੇ ਦੇ, ਉਹ ਹਾਈਕੋਰਟ ਦੇ ਵਿੱਚ ਗਏ ਆ। ਉਹ ਕਹਿ ਰਿਹਾ ਕਿ ਸਾਡੀਆਂ ਜ਼ਮੀਨਾਂ ਲੈਣੀਆਂ ਨਹੀਂ ਚਾਹੀਦੀਆਂ, ਜੇ ਲਈਆਂ ਵਾਂ ਤਾਂ ਉਹਦਾ ਸਹੀ ਮੁਆਵਜ਼ਾ ਜਿਹੜਾ ਵਾ ਬਣਨਾ ਮਿਲਣਾ ਚਾਹੀਦਾ ਵਾ। ਮੇਰਾ ਸਵਾਲ ਇਹ ਹੈ ਕਿ ਇਹ 29 ਕਰੋੜ ਜਿਹੜਾ ਸੜਕ 'ਤੇ ਖਰਚ ਹੋ ਰਿਹਾ, ਇਹ ਪੰਜਾਬ ਸਰਕਾਰ ਦੀ ਬਜਾਏ, ਮੇਰਾ ਖਿਆਲ ਆ, ਜਾਂ ਤਾਂ ਵੈਸੇ ਤਾਂ ਸੜਕ ਬਣਨੀ ਨਹੀਂ ਚਾਹੀਦੀ, ਪਰ ਜੇ ਇਹ ਬਣ ਰਹੀ ਆ ਤਾਂ ਇਹ ਪੰਜਾਬ ਸਰਕਾਰ ਦੀ ਬਜਾਏ ਬਾਦਲ ਪਰਿਵਾਰ ਤੋਂ ਲੈਣਾ ਚਾਹੀਦਾ ਹੈ। ਦੂਸਰਾ ਸਵਾਲ ਇਹ ਹੈ ਕਿ ਕੀ ਇਸ ਇਲਾਕੇ ਦਾ ਜਿਹੜਾ ਮਾਸਟਰ ਪਲੈਨ ਆ, ਉਹ ਕੁਝ ਰਸੂਖ ਵਾਲੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਇਆ ਗਿਆ ਹੈ। ਇਨਫੈਕਟ ਜੇ ਇਹ ਮਾਸਟਰ ਪਲੈਨ ਨੂੰ ਰੀਵਿਜ਼ਿਟ ਕਰਨ ਦੀ ਲੋੜ ਆ, ਵੀ ਜੇ ਇਹ ਮਾਸਟਰ ਪਲੈਨ ਕੁਝ ਲੋਕਾਂ ਨੂੰ ਫਾਇਦਾ ਦੇਣ ਲਈ ਬਣਾਇਆ ਗਿਆ, ਤਾਂ ਮਾਸਟਰ ਪਲੈਨ ਨੂੰ ਦੁਬਾਰਾ ਬਣਾਇਆ ਜਾਵੇ, ਸੋ ਦੈਟ ਇੱਕ ਸਹੀ ਜੋ ਲੋਕਾਂ ਦੇ ਇੰਟਰਸਟ ਦੇ ਵਿੱਚ ਇੱਕ ਮਾਸਟਰ ਪਲੈਨ ਹੋਵੇ ਉਹ ਬਣਨਾ ਚਾਹੀਦਾ ਵਾ। ਵੱਡਾ ਸਵਾਲ ਜਿਹੜਾ ਇੱਥੇ ਆਉਂਦਾ ਵਾ ਉਹ ਇਹ ਆ ਕਿ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਕਿ ਜਿਵੇਂ 1972 ਵਾਂਗ ਕੀ ਇੱਕ ਉੱਚ ਪੱਧਰੀ ਕਮਿਸ਼ਨ ਆਫ ਇਨਕੁਆਇਰੀ ਦਾ ਗਠਨ ਹੋਣਾ ਚਾਹੀਦਾ ਵਾ। 1972 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਸ਼ਿੰਗਾਨੀ ਕਮਿਸ਼ਨ ਨਾਂ ਦਾ ਇੱਕ ਕਮਿਸ਼ਨ ਜਿਹੜਾ ਸੀਗਾ ਉਹਦਾ ਗਠਨ ਹੋਇਆ ਸੀਗਾ। ਉਹਨਾਂ ਨੇ 5 ਕਾਊਂਟਸ 'ਤੇ ਬਾਦਲ ਸਾਹਿਬ ਨੂੰ ਇੰਡਾਈਟ ਕੀਤਾ ਸੀਗਾ, ਵੀ ਉਹ ਗਿਲਟੀ ਕਰਾਰ ਕੀਤਾ ਸੀਗਾ, ਪਰ ਉਹਦਾ ਫਿਰ ਫਾਈਨਲੀ ਬਣਿਆ ਕੁਝ ਨਹੀਂ ਔਰ ਉਹ ਰਫਾ ਦਫਾ ਹੀ ਹੋ ਗਿਆ। ਜੇ ਇਹ ਕਮਿਸ਼ਨ ਆਫ ਇਨਕੁਆਇਰੀ ਵਰਗੀ ਚੀਜ਼ ਬਣਦੀ ਆ ਤਾਂ ਲੋਕਾਂ ਤੋਂ ਵੀ ਜਾਣਕਾਰੀ ਜਿਹੜੀ ਆ ਹਾਸਿਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਇਹ ਦੋ ਮਸਲੇ ਜਿਹੜੇ ਆ ਇਸ ਵੇਲੇ ਹਾਈਕੋਰਟ ਦੀ ਨਜ਼ਰਾਂ ਦੇ ਵਿੱਚ ਨੇ। ਇਨਫੈਕਟ ਵੇਖਣਾ ਇਹ ਪਊਗਾ ਵੀ ਹਾਈਕੋਰਟ ਦੀ ਨਜ਼ਰਾਂ ਦੇ ਵਿੱਚ ਜਾਂ ਹਾਈਕੋਰਟ ਇਹਨਾਂ 'ਤੇ ਕੀ ਨੋਟਿਸ ਲੈਂਦਾ। ਇਨਫੈਕਟ ਜਿਹੜਾ ਪੱਲਣਪੁਰ ਵਾਲਾ ਮਸਲਾ ਵਾ, ਇਹ ਅੱਜ ਹਾਈਕੋਰਟ ਜਾ ਰਿਹਾ, ਕੱਲ੍ਹ ਜਿਹੜਾ ਬੱਸਾਂ ਦਾ ਮਸਲਾ ਸੀਗਾ ਉਹ ਇਹ ਹਾਈਕੋਰਟ ਦੇ ਵਿੱਚ ਸੀ। ਸੋ ਮੈਂ ਗੱਲ ਇਹ ਤੁਹਾਨੂੰ ਪੁੱਛਣੀ ਚਾਹੁੰਦਾ ਵਾਂ ਕਿ ਤੁਹਾਨੂੰ ਲੱਗਦਾ ਵਾ ਵੀ ਹੁਣੇ ਸਭ ਕੁਛ ਬਾਹਰ ਆਜੂਗਾ, ਕਿਉਂਕਿ ਹੌਲੀ ਹੌਲੀ ਹੁਣ ਇਹ ਬਾਹਰ ਗੱਲਾਂ ਜਿਹੜੀਆਂ ਨਿਕਲਦੀਆਂ ਸ਼ੁਰੂ ਹੋ ਗਈਆਂ, ਹੁਣ ਤੱਕ ਤਾਂ ਕੋਈ ਬੋਲਦਾ ਹੀ ਨਹੀਂ ਸੀਗਾ। ਇਹ ਇੱਕ ਅੱਗੇ ਨਾਲੋਂ ਇੱਕ ਡੈਫੀਨੇਟਲੀ ਇੱਕ ਨਵੀਂ ਚੀਜ਼ ਜ਼ਰੂਰ ਹੈ। ਇਨਫੈਕਟ ਇਸ ਤੋਂ ਇਲਾਵਾ ਵੀ ਆਪਾਂ 2-3 ਗੱਲਾਂ 'ਤੇ ਅੱਜ ਗੱਲ ਕਰਾਂਗੇ। ਦਿੱਲੀ ਦੇ ਵਿੱਚ ਮੈਂ ਦਿੱਲੀ ਦੀ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਵਾਂ। ਉੱਥੋਂ ਦੀ ਜਿਹੜੀ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ, ਅਤੇ ਉੱਥੋਂ ਦੇ ਜਿਹੜੇ ਲੈਫਟਨ ਗਵਰਨਰ ਆ ਨਜੀਬ ਜੰਗ, ਉਹਨਾਂ ਦੇ ਵਿੱਚ ਇੱਕ ਤਰੀਕੇ ਦੀ ਜੰਗ ਛਿੜੀ ਆ। ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਮੰਗ ਕਰ ਰਿਹਾ ਕਿ ਉਹਨਾਂ ਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਆ ਵੀ ਉਹ ਆਪਣੇ ਢੰਗ ਦੇ ਆਪਣੇ ਤਰੀਕੇ ਦੇ ਜਿਹੋ ਜਿਹੇ ਅਫਸਰ ਚਾਹੁੰਦੇ ਆ ਉਹ ਲਾ ਸਕਣ, ਲੇਕਿਨ ਜਿਹੜੇ ਅਫਸਰ ਉੱਥੇ ਲੱਗ ਰਹੇ ਆ ਉਹ ਨਜੀਬ ਜੰਗ ਉਹ ਕਹਿ ਰਿਹਾ ਕਿ ਆਪਣੀ ਮਰਜ਼ੀ ਕਰ ਰਹੇ ਆ। ਸੋ ਉਹ ਹੁਣ ਇੱਕ ਪੁਰਾਣਾ ਇਸ਼ੂ ਜਿਹੜਾ ਆਪਾਂ ਇੱਕ ਦਿਨ ਅੱਗੇ ਵੀ ਵਿਚਾਰਿਆ ਸੀਗਾ ਵੀ ਦਿੱਲੀ ਦੀ ਸਟੇਟਹੁੱਡ ਦਾ ਜਿਹੜਾ ਮਸਲਾ ਵਾ ਉਹ ਜਿਹੜਾ ਵਾ ਉਹ ਸਾਹਮਣੇ ਇਸ ਵੇਲੇ ਆਇਆ ਪਿਆ ਵਾ ਵੀ ਕੀ ਦਿੱਲੀ ਨੂੰ ਪ੍ਰੋਪਰ ਸਟੇਟਹੁੱਡ ਮਿਲਣੀ ਚਾਹੀਦੀ ਆ ਕਿ ਨਹੀਂ ਮਿਲਣੀ ਚਾਹੀਦੀ। ਜੇ ਪ੍ਰੋਪਰ ਸਟੇਟਹੁੱਡ ਮਿਲਦੀ ਆ ਤਾਂ ਦਿੱਲੀ ਦੇ ਚੀਫ ਮਿਨਿਸਟਰ ਕੋਲ ਹੀ ਸਾਰੀਆਂ ਪਾਵਰਸ ਜਿਹੜੀਆਂ ਵਾ ਉਹ ਹੋਣਗੀਆਂ।
ਇਹ ਮਸਲੇ 'ਤੇ ਵੀ ਆਪਾਂ ਵਿਚਾਰ ਕਰਾਂਗੇ। ਦੂਸਰਾ ਮਸਲਾ ਮੈਂ ਪੰਜਾਬ ਦਾ ਗੱਲ ਕਰ ਹੀ ਰਿਹਾ ਵਾਂ, ਕੁਝ ਸੱਜਣ ਸਾਡੇ ਨਾਲ ਜੁੜੇ ਆ, ਲਓ ਉਹਨਾਂ ਦੀ ਵੀ ਪਹਿਲਾਂ ਗੱਲ ਸੁਣ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਅਮਰੀਕ ਸਿੰਘ ਬੋਲ ਰਿਹਾ ਜੀ, ਮਿਸ਼ੀਗਨ ਤੋਂ। ਅਮਰੀਕ ਸਿੰਘ ਕਿੱਥੋਂ ਬੋਲ ਰਹੇ? ਮਿਸ਼ੀਗਨ ਤੋਂ ਜੀ, USA ਤੋਂ। ਹਾਂਜੀ ਹਾਂਜੀ, ਅਮਰੀਕ ਸਿੰਘ ਜੀ ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ ਸੰਧੂ ਸਾਹਿਬ, ਅੱਜ ਤੁਸੀਂ ਜਿਹੜਾ ਮਸਲਾ ਲੈ ਕੇ ਆਏ ਆ, ਤੇ ਜਿਵੇਂ ਤੁਸੀਂ ਕਿਹਾ ਵੀ ਗੱਲਾਂ ਜਿਹੜੀਆਂ ਹੋਰ ਵੀ ਬਾਹਰ ਨਿਕਲ ਗਈਆਂ, ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ, ਜਿਹੜੇ ਕਿਉਂਕਿ ਮੈਂ ਲਾਸਟ ਈਅਰ ਇੰਡੀਆ ਗਿਆ ਸੀਗਾ ਜੀ, ਤੇ ਉਦੋਂ ਸਾਨੂੰ ਪਤਾ ਲੱਗਿਆ ਜਿਹੜਾ ਚੰਡੀਗੜ੍ਹ ਏਅਰਪੋਰਟ ਤੋਂ ਆਪਣੇ ਹਰਿਆਣੇ ਨੂੰ ਜਿਹੜਾ ਐਕਸਪ੍ਰੈਸ ਵੇ ਕੱਢਿਆ ਇਹਨਾਂ ਨੇ, ਉਹ ਜਦੋਂ ਆਪਣੇ ਪਟਿਆਲਾ ਜਿਹੜਾ GT ਰੋਡ ਹੈਗਾ ਚੰਡੀਗੜ੍ਹ ਤੋਂ ਪਟਿਆਲੇ ਨੂੰ ਜਾਂਦੇ ਹਾਂ ਜੀ ਆਪਾਂ, ਉਹਦੇ ਤੇ ਪਿੰਡ ਛੱਤ ਆਉਂਦਾ ਜੀ, ਛੱਤਬੀੜ ਜੀ। ਹਾਂਜੀ ਹਾਂਜੀ, ਜਦੋਂ ਜਿਹੜਾ ਉੱਥੇ ਕ੍ਰੋਸ ਕਰਦਾ, ਉੱਥੇ ਛੱਤਬੀੜ ਦੇ ਵਿੱਚ ਇਹਨਾਂ ਨੇ ਬਾਦਲਾਂ ਨੇ ਕਾਫੀ ਜ਼ਮੀਨ ਰਾਤੋ ਰਾਤ ਕਬਜ਼ਾ ਕਰ ਲਿਆ ਸੀਗਾ ਉੱਥੇ। ਹੁਣ ਹੁਣ 'ਚ ਇਹ ਆਇਆ, ਕਨਫਰਮ ਨਹੀਂ ਹੈਗਾ ਮੈਨੂੰ ਅਜੇ, ਵੀ ਉੱਥੇ ਵੀ ਇੱਕ ਹੋਟਲ ਬਣਾ ਰਹੇ ਆ ਇਹ। ਇਹਦੀ ਜਾਣਕਾਰੀ ਅਮਰੀਕ ਸਿੰਘ ਜੀ ਮੈਨੂੰ ਵੈਸੇ ਹੈ ਨਹੀਂ, ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ, ਕਿਉਂਕਿ ਮੈਂ ਚੰਡੀਗੜ੍ਹ ਦੇ ਇਸ ਨਕਸ਼ੇ ਨਾਲ ਚੰਗੀ ਤਰ੍ਹਾਂ ਵਾਕਫ ਹਾਂ, ਚੰਡੀਗੜ੍ਹ ਦਾ ਏਅਰਪੋਰਟ ਜਿਹੜਾ ਵਾ ਉਹਦੇ ਤੋਂ ਇੱਕ ਸੜਕ 'ਤੇ ਇੱਧਰ ਆ ਕੇ, ਅਤੇ ਜਿਹੜੀ ਇਹ ਨਿਊ ਚੰਡੀਗੜ੍ਹ ਮੁੱਲਾਂਪੁਰ ਦੀ ਜਿਹੜੀ ਸੜਕ ਆ, ਉਸ ਸੜਕ ਨੂੰ ਇਹ ਮਿਲ ਰਹੀ ਆ। ਇਹਦੇ ਬਾਰੇ ਉਹ ਮੈਂ ਦੇਖਿਆ ਸੀ ਇੱਕ ਦਿਨ, ਜਿਹੜੇ ਕਾਂਗਰਸ ਦੇ ਨੇਤਾ ਵਾ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਵੀ ਇਹਦੇ ਬਾਰੇ ਇੱਕ ਜ਼ਿਕਰ ਕੀਤਾ ਸੀ ਵੀ ਇੱਕ ਸੜਕ ਆ ਕੇ, ਔਰ ਮੈਂ ਵੇਖਿਆ ਵਾ ਕਿ ਮੁੱਲਾਂਪੁਰ ਤੋਂ ਅੱਗੇ ਜਾ ਕੇ ਇੱਕ ਬਹੁਤ ਚੌੜੀ ਸੜਕ ਉਸ ਸੜਕ ਨੂੰ ਆ ਕੇ ਮਿਲਦੀ ਆ, ਜਿਹੜੀ ਚੰਡੀਗੜ੍ਹ ਸਿਸਵਾਂ ਕੁਰਾਲੀ ਨੂੰ ਸੜਕ ਜਾ ਰਹੀ ਆ, ਉਹ ਏਅਰਪੋਰਟ ਤੋਂ ਸਿੱਧੀ ਆ ਰਹੀ ਹੈ ਸੜਕ। ਦੂਸਰੀ, ਏਅਰਪੋਰਟ ਤੋਂ ਬਿਲਕੁਲ ਏਅਰਪੋਰਟ ਦੇ ਪਿਛਲੇ ਪਾਸੇ ਜਿਹੜੀ ਆ ਉਹ ਚੰਡੀਗੜ੍ਹ ਜ਼ੀਰਕਪੁਰ ਪਟਿਆਲਾ ਰੋਡ ਆ, ਔਰ ਪਟਿਆਲਾ ਰੋਡ ਦੇ ਬਿਲਕੁਲ ਖੱਬੇ ਹੱਥ ਜੇ ਤੁਸੀਂ ਪਟਿਆਲੇ ਨੂੰ ਮੂੰਹ ਕਰੋ ਤਾਂ ਉੱਥੇ ਛੱਠਬੀਰ ਜ਼ੂ ਆ, ਔਰ ਛੱਠ ਪਿੰਡ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਜੇ। ਇਹ ਬਿਲਕੁਲ ਹੋ ਸਕਦਾ ਵਾ ਕਿ ਏਅਰਪੋਰਟ ਤੋਂ ਪਟਿਆਲਾ ਰੋਡ ਅਤੇ ਪਟਿਆਲਾ ਰੋਡ ਤੋਂ ਛੱਤ ਪਿੰਡ ਦੇ ਥਰੂ ਜਿਹੜਾ ਹਰਿਆਣੇ ਨੂੰ ਅੱਗੇ ਫਿਰ ਅੰਬਾਲੇ ਨੂੰ ਸੜਕ ਚੱਲ ਜਾਂਦੀ ਹੈ। ਇੱਕ ਤਾਂ ਜ਼ੀਰਕਪੁਰ ਤੋਂ ਅੰਬਾਲਾ ਰੋਡ ਜਾਂਦੀ ਆ, ਇੱਕ ਛੱਤ ਤੋਂ ਫਿਰ ਗਾਂ ਅੰਬਾਲਾ ਰੋਡ ਨੂੰ ਇਹ ਉਹ ਮਿਲ ਸਕਦੀ ਆ। ਮੇਰਾ ਮਤਲਬ ਆ ਵੀ ਟੈਕਨੀਕਲੀ ਇਹ ਜੋ ਤੁਸੀਂ ਕਹਿ ਰਹੇ ਜੇ ਇਹ ਫੀਜ਼ੀਬਲ ਆ, ਪਰ ਮੈਨੂੰ ਇਹਦੀ ਜਾਣਕਾਰੀ ਨਹੀਂ ਵੀ ਇਹ ਕੋਈ ਸੜਕ ਬਣ ਰਹੀ ਆ, ਔਰ ਕੀ ਉਹਦੇ ਸੜਕ ਦੇ ਉੱਤੇ ਕੋਈ ਨਵਾਂ ਹੋਟਲ ਵੀ ਬਣ ਰਿਹਾ ਵਾ। ਇਸ ਵੇਲੇ ਸੁਖਬੀਰ ਸਿੰਘ ਬਾਦਲ ਔਰ ਉਸ ਪਰਿਵਾਰ ਦੇ ਦਿੱਲੀ ਦੇ ਵਿੱਚ ਗੁੜਗਾਉਣ ਦੇ ਵਿੱਚ ਦੋ ਹੋਟਲ ਨੇ, ਟ੍ਰਾਈਡੈਂਟ ਹੋਟਲ ਇੱਕ ਉਹਨਾਂ ਦੇ, ਇਹ 5-5 ਸਟਾਰ ਹੋਟਲ ਆ, ਉਹਦੇ ਨਾਲ ਇੱਕ 7 ਸਟਾਰ ਹੋਟਲ ਆ, ਔਰ ਇਹ ਹੁਣ ਜਿਹੜਾ ਮੈਟਰੋ ਈਕੋ ਗ੍ਰੀਨ ਜਿਹੜਾ ਪ੍ਰੋਜੈਕਟ ਬਣ ਰਿਹਾ ਵਾ ਪੱਲਨਪੁਰ ਦੇ ਵਿੱਚ, ਇਹ ਇੱਕ ਨਵੇਂ ਤਰੀਕੇ ਦਾ ਜਿਹੜਾ ਵਾ ਇਹ ਇੱਕ ਰਿਜ਼ੋਰਟ ਬਣਾਇਆ ਜਾ ਰਿਹਾ ਵਾ, ਜਿਹੜਾ ਬੜਾ ਹਰਿਆਲੀ ਹੋਊਗੀ ਸਾਰੇ ਪਾਸੇ ਉੱਥੇ, ਕਿਉਂਕਿ ਉਹ ਸਾਰਾ ਹੀ ਐਕਚੁਲੀ ਨੇੜੇ ਤੇੜੇ ਦਾ ਸਾਰਾ ਹੀ ਫੋਰੈਸਟ ਏਰੀਆ ਵਾ ਉੱਥੇ, ਕੁਝ ਇੱਧਰ ਉਹਦੇ ਨਾਲ ਪਿੰਡ ਲੱਗਦੇ ਆ ਜਿੱਥੇ ਐਗਰੀਕਲਚਰ ਏਰੀਆ ਵਾ, ਅਤੇ ਉਹਦੇ ਬਿਲਕੁਲ ਪਿੱਛੇ ਜਿਹੜਾ ਵਾ ਫੋਰੈਸਟ ਏਰੀਆ ਵਾ, ਫਿਰ ਪਹਾੜ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ। ਪਤਾ ਕਰਾਂਗੇ ਛੱਟ ਦੇ ਵਿੱਚ ਕੀ ਉੱਥੇ ਹੋ ਰਿਹਾ ਵਾ, ਇਹਦੇ ਬਾਰੇ ਵੀ ਅਸੀਂ ਕਿਸੇ ਦਿਨ ਵਿਜ਼ਿਟ ਕਰਾਂਗੇ। ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਹੈਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਰ ਸਿੰਘ ਬੋਲਦਾ ਮਲੇਹੋਂ ਤੋਂ ਜੀ, ਕੈਲੀਫੋਰਨੀਆ। ਨਾਂ ਦੁਆਰਾ ਦੱਸਿਓ ਜੀ। ਆਰ ਐਸ ਸਿੰਘ ਜੀ ਸਰ, ਪਹਿਲਾਂ ਹਾਂਜੀ 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 ਆਰ ਐਸ ਸਿੰਘ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੈਂ ਬੇਨਤੀ ਇਹ ਕਰਦਾ ਬਈ, ਇੱਕ ਤਾਂ ਜੇ ਆਪਾਂ ਜ਼ਿਆਦਾ ਖਾ ਲਈਏ ਨਾ ਫਿਰ ਬਦਹਜ਼ਮੀ ਹੋ ਜਾਂਦੀ ਹੈ, ਹਾਂਜੀ। ਦੂਜੀ ਗੱਲ, ਆਪਾਂ ਸਿਆਣੇ ਕਹਿੰਦੇ ਵੀ ਪਾਪ ਦਾ ਘੜਾ ਜਦੋਂ ਭਰ ਜਾਂਦਾ ਫਿਰ ਫੁੱਟਦਾ, ਹਾਂਜੀ ਹੈਨੇ ਹਾਂਜੀ ਬਈ। ਤੀਜੀ ਗੱਲ ਵੀ ਟਾਈਮ ਬਦਲਦੇ ਰਹਿੰਦੇ ਹੈ ਨੀ ਜੀ, ਬਿਲਕੁਲ ਠੀਕ ਹੈ। ਇਹ ਤਿੰਨੇ ਗੱਲਾਂ ਰੱਬ ਤੇ ਨਿਰਭਰ ਹੈ, ਬਾਕੀ ਤਾਂ ਜੋ ਬੰਦਾ ਚੰਗੇ ਮਾੜੇ ਕੰਮ ਕਰਦਾ। ਪਰ ਉਹਦੇ ਚਾਰ ਸਿੰਘ ਜੀ ਇਸ ਤਰ੍ਹਾਂ ਹੁੰਦਾ ਵਾ, ਜਦੋਂ ਬੰਦਾ ਸੱਤਾ 'ਚ ਹੁੰਦਾ ਨਾ, ਉਦੋਂ ਇਹਨਾਂ ਚੀਜ਼ਾਂ ਬਾਰੇ ਇਹ ਚੀਜ਼ਾਂ ਯਾਦ ਨਹੀਂ ਰੱਖਦਾ। ਔਰ ਮੇਰੇ ਖਿਆਲ ਜਿਹੜੇ ਤੁਹਾਡੇ ਨੇੜੇ ਆਲੇ ਦੁਆਲੇ ਦੇ ਲੋਕ ਹੁੰਦੇ ਆ, ਨੇੜੇ ਤੇੜੇ ਦੇ ਲੋਕ ਹੁੰਦੇ ਆ, ਉਹ ਵੀ ਤੁਹਾਨੂੰ ਯਾਦ ਰੱਖਣ ਹੀ ਨਹੀਂ ਦਿੰਦੇ। ਉਹ ਇੰਨੀ ਕੁ ਖੁਸ਼ਾਮਦੀਦ ਕਰ ਦਿੰਦੇ ਤੁਹਾਡੀ ਕਿ ਤੁਹਾਨੂੰ ਲੱਗਦਾ ਵਾ ਵੀ ਇਹੋ ਹੀ ਸਮਾਂ ਜਿਹੜਾ ਹਮੇਸ਼ਾ ਚੱਲਦੇ ਰਹਿਣਾ ਵਾ। ਸਮਾਂ ਬਦਲਦਾ ਰਹਿੰਦਾ ਵਾ, ਔਰ ਜੇ ਸੱਤਾ 'ਚ ਲੋਕ ਇਹ ਯਾਦ ਰੱਖਣ, ਆਪਣੇ ਆਪ ਜਿਹੜੀ ਜ਼ਮੀਨੀ ਹਕੀਕਤ ਆ ਉਹਦੇ ਨਾਲ ਜੁੜੇ ਰਹਿਣ, ਅਤੇ ਸ਼ਾਇਦ ਇਹ ਜੋ ਕੁਛ ਹੁੰਦਾ ਵਾ ਇਹ ਹੋਵੇ ਵੀ ਨਾ, ਹਰ 5 ਸਾਲ ਬਾਅਦ, ਹਰ 10 ਸਾਲ ਬਾਅਦ ਸਰਕਾਰਾਂ ਵੀ ਸ਼ਾਇਦ ਨਾ ਬਦਲਣ। ਹਾਂਜੀ, ਮੇਰਾ ਨਾਮ ਜੀ ਵਰਿੰਦਰ ਭੰਗੂ ਹੈ ਜੀ, ਮੈਂ ਆਪਣਾ ਵਿਨੀਪੈਗ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ ਭੰਗੂ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਹਾਂਜੀ, ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਦੋਵੇਂ ਗੱਲਾਂ ਕੋਰਟ 'ਚ ਨੇ ਇਸ ਟਾਈਮ, ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੇ ਜੀ, ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਹਾਨੂੰ ਲੱਗਦਾ ਵੀ ਆਪਣੇ ਜੁਡੀਸ਼ੀਅਲ ਸਿਸਟਮ ਵੀ ਇੰਨਾ ਕੁ ਸਟਰੋਂਗ ਹੈਗਾ ਕਿ ਉਹ ਐਡੇ ਸੂਖ ਵਾਲੇ ਬੰਦਿਆਂ 'ਤੇ ਕੋਈ ਐਕਸ਼ਨ ਲੈ ਸਕਦਾ ਹੈ ਜਾਂ ਕੋਈ ਗੱਲ ਕਰ ਸਕਦੇ ਆ ਉਹਨਾਂ ਨਾਲ ਇੱਦਾਂ ਦੀ? ਪੰਗੂ ਸਾਹਿਬ, ਇਸ ਤਰ੍ਹਾਂ ਵਾ, ਜੁਡੀਸ਼ੀਅਲ ਸਿਸਟਮ ਸਟਰੋਂਗ ਤਾਂ ਹੈ ਜੀ, ਐਕਸ਼ਨ ਤਾਂ ਪੂਰਾ ਲੈ ਸਕਦਾ ਵਾ,
ਔਰ ਅਸੀਂ ਪੰਜਾਬ ਦੇ ਹਾਲਾਤ ਦੇ ਵਿੱਚ ਇਹ ਵੇਖਿਆ ਵੀ ਜੁਡੀਸ਼ਲ ਸਿਸਟਮ ਸਵਾਲ ਤਾਂ ਬਹੁਤ ਪੁੱਛਦਾ ਵਾ ਪਰ ਉਸ ਤੋਂ ਬਾਅਦ ਕਈ ਵਾਰਾਂ ਬਾਅਦ 'ਚ ਕੋਈ ਖਾਸ ਕਾਰਵਾਈ ਨਹੀਂ ਹੁੰਦੀ ਹੁਣ ਇਹ ਦੇਖਣਾ ਹੋਊਗਾ ਵੀ ਇਸ ਕੇਸ ਦੇ ਵਿੱਚ ਕਾਰਵਾਈ ਕਿੰਨੀ ਕੁ ਹੁੰਦੀ ਹੈ ਸਵਾਲ ਤਾਂ ਇਸ ਵੇਲੇ ਬੜੇ ਅਹਿਮ ਪੁੱਛੇ ਉਹਨਾਂ ਨੇ ਜਿਵੇਂ ਆ ਬੱਸ ਦੇ ਕੇਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਬੱਸ ਟਰਾਂਸਪੋਰਟਰ ਕੰਪਨੀਆਂ ਵਾ ਪ੍ਰਾਈਵੇਟ ਉਹਨਾਂ ਦੇ ਸਾਰਿਆਂ ਦਾ ਬੈਲੈਂਸ ਸ਼ੀਟ ਮੰਗੀਆਂ ਵਾ ਹੋਰ ਵੇਰਵਾ ਮੰਗਿਆ ਵਾ ਔਰ ਸਰਕਾਰ ਨੂੰ ਕਿਹਾ ਵਾ ਵੀ ਉਹ ਵੀ ਦੱਸਣ ਵੀ ਜਿਨ੍ਹਾਂ ਦੀ ਜਿੰਨੀਆਂ ਟੋਟਲ 10 ਤੋਂ ਵੱਧ ਜਿੰਨੀਆਂ ਕੰਪਨੀਆਂ ਵਾ ਉਹਦੀਆਂ ਸਾਰੀਆਂ ਡਿਟੇਲਸ ਦਿੱਤੀਆਂ ਜਾਣ ਪੁਲਿਸ ਤੋਂ FIR ਚਲਾਨ ਵਗੈਰਾ ਦਾ ਵੇਰਵਾ ਵੀ ਮੰਗਿਆ ਵਾ ਬਾਕੀ ਕਾਰਵਾਈ ਕਿੰਨੀ ਹੁੰਦੀ ਆ ਇਹ ਹੁਣ ਦੇਖਣਾ ਪਊਗਾ ਜੋ ਸਾਡਾ ਪੁਰਾਣਾ ਐਕਸਪੀਰੀਅੰਸ ਆ ਉਹਦੇ ਮੁਤਾਬਕ ਤਾਂ ਬਹੁਤੀ ਕਾਰਵਾਈ ਹੁੰਦੀ ਨਹੀਂ ਰਹੀ ਸੋ ਐਰ ਕੀ ਵੇਖਦੇ ਹਾਂ ਵੀ ਕਿੰਨੀ ਕੁ ਕਾਰਵਾਈ ਹੋਵੇਗੀ ਪੰਗੂ ਸਾਹਿਬ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਕਾਲ ਕਰਦੇ ਰਹੋ ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਜਲਦ ਵਾਪਸ ਆ ਕੇ ਆਪਾਂ ਇਸ ਮਸਲੇ 'ਤੇ ਇਸੇ ਤਰ੍ਹਾਂ ਹੀ ਵਿਚਾਰ ਵਟਾਂਦਰਾ ਕਰਦੇ ਰਹਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਦੋ ਮਸਲਿਆਂ ਦੀ ਇੱਕ ਬੱਸਾਂ ਦਾ ਮਸਲਾ ਔਰ ਦੂਸਰਾ ਪੱਲਨਪੁਰ ਰਿਜ਼ੋਰਟ ਦਾ ਮਸਲਾ ਜਿੱਥੇ ਇੱਕ ਸੜਕ ਬਣ ਰਹੀ ਹੈ ਇਹ ਦੋਵੇਂ ਮਸਲੇ ਜਿਹੜੇ ਆ ਹਾਈਕੋਰਟ ਦੇ ਵਿੱਚ ਇਸ ਵੇਲੇ ਵਿਚਾਰਧੀਨ ਨੇ ਸਾਡੇ ਨਾਲ ਕੁਝ ਕਾਲਰ ਜੁੜ ਗਏ ਨੇ ਔਰ ਉਹਨਾਂ ਦੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕਰਦੇ ਹਾਂ ਹੈਲੋ ਹਾਂਜੀ 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 ਮੈਂ ਸਰਪ੍ਰੀਤ ਗਿੱਲ ਬੋਲਦਾ ਜੀ ਸਾਊਥ ਕੈਰੋਲਾਈਨਾ USA ਤੋਂ ਹਾਂਜੀ ਹਾਂਜੀ ਗਿੱਲ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ ਮੈਂ ਵੈਸੇ ਬੇਸਿਕਲੀ ਤਾਂ ਮੈਂ ਯੂਪੀ ਤੋਂ ਹੈਗਾ ਤੇ ਮੈਂ ਪੰਜਾਬ ਨਾਲ ਬਹੁਤਾ ਜ਼ਿਆਦਾ ਕੰਸਰਨ ਤਾਂ ਨਹੀਂ ਲੇਕਿਨ ਬਿਕੋਜ਼ ਆਫ ਪੰਜਾਬੀ ਦੁੱਖ ਤਾਂ ਹੁੰਦਾ ਹੀ ਹੈ ਪੰਜਾਬ ਦਾ ਹਨਾ ਯੂਪੀ ਕਿਹੜੀ ਜਗ੍ਹਾ ਤੋਂ ਤੁਸੀਂ ਜੀ ਡਿਸਟ੍ਰਿਕਟ ਰਾਮਪੁਰ ਜੀ ਆਪਣਾ ਡਿਸਟ੍ਰਿਕਟ ਰਾਮਪੁਰ ਕਿਉਂਕਿ ਆਪਣੇ ਉੱਥੇ ਤਰਾਈ ਇਲਾਕੇ ਦੇ ਵਿੱਚ ਕਾਫੀ ਪੰਜਾਬੀ ਪਹੁੰਚੇ ਆ ਜੀ ਹਾਂਜੀ ਮੈਂ ਉਹ ਤਰਾਈ ਦੀ ਗੱਲ ਕਰਨ ਲੱਗਿਆ ਸੀਗਾ ਇਹਨਾਂ ਦੀ 250 ਏਕੜ ਜ਼ਮੀਨ ਸੀ ਬਾਦਲ ਸਾਹਿਬ ਦੀ ਉੱਥੇ ਹਾਂਜੀ ਬਾਜਪੁਰ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਉਸ ਵੇਲੇ ਜਿੰਨੇ ਸਾਡੇ ਇਲਾਕੇ ਦੇ ਲੋਕ ਸੀਗੇ ਜਿਹੜੇ ਅਸੀਂ ਤਾਂ ਥੋੜ੍ਹੇ ਜਿਹੇ ਆਊਟ ਹੈਗੇ ਹਾਂ 10 ਕਿਲੋਮੀਟਰ ਫਰਕ ਹੈਗਾ ਉਸ ਪੂਰੇ ਬੈਲਟ ਜਿੰਨੀ ਤਰਾਈ ਦੀ ਬੈਲਟ ਸੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਰੋੜਾਂ ਰੁਪਈਆ ਉੱਥੇ ਦੇ ਘਰਾਂ ਤੋਂ ਲਿਆ ਵੀ ਮੈਂ ਤਾਂ ਆਹ ਜਿਹੜੀ ਬੈਲਟ ਹੈਗੀ ਆ ਇਹ ਕਿਸੇ ਕੀਮਤ ਤੇ ਉੱਤਰਾਖੰਡ ਵਿੱਚ ਜਾਣ ਹੀ ਨਹੀਂ ਦੇਣੀ ਰਾਈਟ ਕਿਉਂਕਿ ਦੂਜੇ ਪਾਸੇ ਸਾਨੂੰ ਮਾਇਆਵਤੀ ਦਿਸਦੀ ਸੀ ਮਾਇਆਵਤੀ ਕਹਿੰਦੀ ਸੀ ਕਿ ਮੈਂ 3.5 ਏਕੜ ਦੀ ਲਿਮਿਟ ਬਣਾ ਦੇਣੀ ਆ ਠੀਕ ਹੈ ਜੀ ਜ਼ਮੀਨ ਦੀ ਇੱਕ ਜੱਟ 3.5 ਏਕੜ ਜ਼ਮੀਨ ਰੱਖ ਸਕਦਾ ਅੱਜ ਅਸੀਂ 12.5 ਏਕੜ ਰੱਖ ਸਕਦੇ ਯੂਪੀ ਚ ਜੀ ਉਦੋਂ ਇਹਨਾਂ ਨੇ ਸੀਲਿੰਗ ਦੀ ਲਿਮਿਟ ਵਧਾਉਣ ਨੂੰ ਫਿਰਦੇ ਸੀ ਉਹ ਹਾਂਜੀ ਵੀ ਸੀਲਿੰਗ ਅਸੀਂ ਮਤਲਬ 7-12 ਤੋਂ ਘਟਾ ਕੇ 3.5 ਤੇ ਕਰ ਦੇਣੀ ਜੇ ਮਾਇਆਵਤੀ ਆਉਂਦੀ ਆ ਜੀ ਅੱਛਾ ਇਹਨਾਂ ਨੇ ਬਾਦਲ ਸਾਹਿਬ ਦੀ ਜ਼ਮੀਨ ਸੀ ਉੱਥੇ 250 ਏਕੜ ਤੇ ਇਹਨਾਂ ਨੇ ਕੀ ਕੀਤਾ ਫਟਾਫਟ ਆਨੰਦ ਫੰਡ ਆਪਣੀ ਤਾਂ ਜ਼ਮੀਨ ਵੇਚ ਦਿੱਤੀ ਜੀ ਉਸ ਤੋਂ ਉਸੇ ਦੌਰਾਨ ਇਹਨਾਂ ਨੇ ਹੁਣ ਲੋਕਾਂ ਨੂੰ ਕੀ ਪਤਾ ਬੜੇ ਲੋਕਾਂ ਦੀਆਂ ਬੜੀਆਂ ਗੱਲਾਂ ਤੇ ਸਾਡੇ ਵਰਗੇ ਗਰੀਬ ਵਿਚਾਰੇ ਜਿੰਨੇ ਲੱਗਦੇ ਸੀ ਵੀ ਕਿਤੇ ਉੱਤਰਾਖੰਡ ਦੀ ਜ਼ਮੀਨ ਸਾਡੀ ਨਾ ਚਲੀ ਜਾਵੇ ਉੱਤਰਾਖੰਡ ਸਾਡੀ ਜ਼ਮੀਨ ਨਾ ਚਲੀ ਜਾਵੇ ਉਹ ਵਿਚਾਰੇ ਜੋ ਵੀ ਪੈਸਾ ਸੀ ਜੱਟ ਉਹ ਕੀ ਹੁੰਦਾ ਤੁਹਾਨੂੰ ਪਤਾ ਹੀ ਆ ਅਸੀਂ ਚਾਹੇ ਉੱਥੇ 100-100 ਕਿੱਲੇ ਦੇ ਮਾਲਕ ਹਾਂ ਅਸੀਂ ਪੱਲੇ ਸਾਡੇ ਦੁਬਾਨੀ ਨਹੀਂ ਹੈ ਸਾਡੀਆਂ ਗੱਡੀਆਂ ਹੋਣਗੀਆਂ ਕਾਰਾਂ ਸਭ ਥੋੜ੍ਹਾ ਸੰਖੇਪ ਚ ਗੱਲ ਕਰੋ ਹਾਂਜੀ ਓਕੇ ਸ਼ਾਰਟਕਟ ਤੇ ਉਹ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਸਿਰਫ ਆਪਣੀ ਜ਼ਮੀਨ ਵੇਚੀ ਉੱਥੋਂ ਨਿਕਲ ਕੇ ਆ ਗਏ ਔਰ ਇਹੀ ਕੁਛ ਇਹਨਾਂ ਨੇ ਪੰਜਾਬ ਦਾ ਕਰਨਾ ਪੰਜਾਬ 'ਚ ਇਹਨਾਂ ਨੇ ਪੈਸਾ ਇਕੱਠਾ ਕਰਨਾ ਆ ਨਿਕਲ ਕੇ ਇਹਨਾਂ ਨੇ ਇੱਥੇ ਅਮਰੀਕਾ ਹੀ ਆਉਣਾ ਅਮਰੀਕਾ 'ਚ ਹੈਗੇ ਨੇ ਬੰਦੇ ਤੁਸੀਂ ਜਾਣਦੇ ਹੋ ਕੈਲੀਫੋਰਨੀਆ 'ਚ ਬੈਠੇ ਨੇ ਜਿਹੜੇ 20-20 ਹਜ਼ਾਰ ਏਕੜ ਦੇ ਫਾਰਮ ਲਈ ਬੈਠੇ ਨੇ ਸਾਰੇ ਫਾਰਮ ਦਾ ਹੀ ਪੈਸਾ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਿਸੇ ਵੀ ਤਰੀਕੇ ਮੀਡੀਆ ਕੁਛ ਕਰੇ ਤਾਂ ਕਰੇ ਬਾਕੀ ਮੀਡੀਆ ਦੇ ਤਾਂ ਸੰਘੀ ਕੁੱਟੀ ਪਈ ਹੈ ਇਹਨਾਂ ਨੇ ਤੇ ਮੀਡੀਆ ਬਿਲਕੁਲ ਗਿੱਲ ਸਾਹਿਬ ਠੀਕ ਆ ਮੀਡੀਆ ਦੀ ਇੰਨੀ ਸੰਗੀ ਵੀ ਨਹੀਂ ਕੁੱਟੀ ਮੀਡੀਆ ਜਿਹੜਾ ਵਾ ਉਹ ਸਵਾਲ ਉੱਠਦਾ ਚੁੱਕਦਾ ਰਹਿੰਦਾ ਵਾ ਮੈਂ ਜਿਵੇਂ ਦੱਸਿਆ ਵੀ ਆ ਹੁਣ ਪੱਲਨਪੁਰ ਦਾ ਮਸਲਾ ਜਿਹੜਾ ਸੜਕ ਬਣ ਰਹੀ ਆ ਉਹਦਾ ਮਸਲਾ ਵੀ ਮੀਡੀਆ ਨੇ ਚੁੱਕਿਆ ਵਾ ਮੇਰਾ ਖਿਆਲ ਆ ਉਹ ਜਿਹੜਾ ਤੁਸੀਂ ਯੂਪੀ ਦੀ ਗੱਲ ਕੀਤੀ ਆ ਫਾਈਨਲੀ ਉਹ ਜਿਹੜਾ ਇਲਾਕਾ ਵਾ ਉਹ ਉੱਤਰਾਖੰਡ ਦਾ ਹਿੱਸਾ ਇਸ ਵੇਲੇ ਬਣ ਗਿਆ ਵਾ ਪਰ ਉਹਦੇ ਕੋਈ ਬਹੁਤਾ ਫਰਕ ਨਹੀਂ ਪਿਆ ਮੇਰੇ ਖਿਆਲ ਉੱਤਰਾਖੰਡ ਸਰਕਾਰ ਵੀ ਉਸ ਇਲਾਕੇ ਦਾ ਉਨਾ ਕੀ ਖਿਆਲ ਕਰ ਰਹੀ ਹੈ ਜਿੰਨਾ ਸ਼ਾਇਦ ਯੂਪੀ ਸਰਕਾਰ ਨੇ ਕਰਨਾ ਸੀਗਾ ਲੇਕਿਨ ਇਹੋ ਜਿਹੇ ਮੇਰੇ ਖਿਆਲ ਵਾਅਦੇ ਜਿਹੜੇ ਆ ਡੈਫੀਨੇਟਲੀ ਨਹੀਂ ਕਰਨੇ ਚਾਹੀਦੇ ਬਾਦਲ ਪਰਿਵਾਰ ਦਾ ਜਿਹੜੀ ਜ਼ਮੀਨ ਆ ਉਹ ਯੂਪੀ ਦੇ ਵਿੱਚ ਵੀ ਉੱਤਰਾਖੰਡ ਉਸ ਇਲਾਕੇ ਦੇ ਵਿੱਚ ਵੀ ਸੀ ਬਾਸਪੁਰ ਇਲਾਕੇ ਦੇ ਵਿੱਚ ਵੀ ਸੀ ਕੁਝ ਜ਼ਮੀਨ ਇਹਨਾਂ ਦੀ ਗੰਗਾਨਗਰ ਇਲਾਕੇ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਸੀ ਔਰ ਇਹਨਾਂ ਦਾ ਕੁਝ ਜ਼ਮੀਨ ਮੈਂ ਸੁਣਿਆ ਵਾਂ ਵੀ ਹਰਿਆਣੇ ਦੇ ਵਿੱਚ ਵੀ ਹੈ ਸੋ ਮੇਰੇ ਖਿਆਲ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਇਹ ਮੈਨੂੰ ਪਤਾ ਨਹੀਂ ਗਾ ਵੀ ਸੀਲਿੰਗ ਲਾਅ ਜਿਹੜਾ ਵਾ ਉਹ ਹਰ ਰਾਜ ਦਾ ਜਿਹੜਾ ਵਾ ਵੱਖਰਾ ਵਾ ਕਿ ਸੀਲਿੰਗ ਤੁਸੀਂ ਸਾਰੇ ਮੁਲਕ ਦੇ ਵਿੱਚ ਉਹਦੇ ਤਹਿਤ ਤੁਸੀਂ ਇੰਨੀ ਕੁ ਜ਼ਮੀਨ ਹੀ ਰੱਖ ਸਕਦੇ ਜੇ
ਜੇ ਤੁਸੀਂ ਇੰਨੀ ਕੁ ਜ਼ਮੀਨ ਪੰਜਾਬ 'ਚ ਰੱਖ ਸਕਦੇ, ਇੰਨੀ ਕੁ ਹਰਿਆਣੇ 'ਚ, ਇੰਨੀ ਕੁ ਹਿਮਾਚਲ 'ਚ, ਇੰਨੀ ਕੁ ਦੂਜੇ ਰਾਜਾਂ ਦੇ ਵਿੱਚ, ਤਾਂ ਫਿਰ ਇੱਕ ਤਰੀਕੇ ਦਾ ਸੀਲਿੰਗ ਲੋਗ ਦੀ ਇਹ ਸਰਕਮਵੈਂਸ਼ਨ ਆ। ਸੋ ਇਹ ਇਨਫੈਕਟ ਮੇਰਾ ਖਿਆਲ ਇਹਦੇ 'ਤੇ ਕਲੈਰਿਟੀ ਨਹੀਂ ਹੈ, ਇਹ ਵੀ ਕਿਸੇ ਦਿਨ ਪਤਾ ਕਰਕੇ ਤਾਂ ਆਪਾਂ ਜ਼ਰੂਰ ਇਹਦੇ 'ਤੇ ਕਲੈਰਿਟੀ ਲਿਆਉਂਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਇੱਕ ਹੋਰ ਮਸਲਾ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਤੁਹਾਨੂੰ ਪਤਾ ਹੀ ਆ ਕਿ ਪ੍ਰਧਾਨ ਮੰਤਰੀ 3 ਮੁਲਕਾਂ ਦੇ ਦੌਰੇ 'ਤੇ ਗਏ ਸਨ। ਪਹਿਲਾਂ ਉਹ ਚਾਈਨਾ ਗਏ, ਚੀਨ ਗਏ, ਉਸ ਤੋਂ ਬਾਅਦ ਉਹ ਮੰਗੋਲੀਆ ਗਏ ਔਰ ਫਿਰ ਉਹ ਸਾਊਥ ਕੋਰੀਆ ਗਏ। ਇਹਨਾਂ ਦੌਰੇ ਤੋਂ ਬਾਅਦ ਹੁਣ ਇਸ ਵੇਲੇ ਉਹ ਵਾਪਸ ਇੰਡੀਆ ਪਰਤ ਆਏ ਨੇ, ਦੇਰ ਰਾਤ ਕੱਲ੍ਹ ਪਰਤੇ ਆ। ਔਰ ਤੁਹਾਨੂੰ ਪਤਾ ਹੀ ਆ ਕਿ ਇਸ ਵੇਲੇ ਇਨਫੈਕਟ ਮੋਦੀ ਸਰਕਾਰ ਦੀ ਪਹਿਲਾ ਸਾਲ ਜਿਹੜਾ ਵਾ ਉਹ 26 ਮਈ ਨੂੰ ਕੰਪਲੀਟ ਹੋਣ ਵਾਲਾ ਵਾ। ਇਹਦੇ 'ਤੇ ਆਪਾਂ ਕੱਲ੍ਹ ਡਿਟੇਲ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਵੀ ਇੱਕ ਸਾਲ ਜਿਹੜਾ ਮੋਦੀ ਸਰਕਾਰ ਦਾ ਇਹ ਕਿਹੋ ਜਿਹਾ ਰਿਹਾ, ਪਰ ਇਹ ਆਪਾਂ ਗੱਲ ਕਰਾਂਗੇ ਕੱਲ੍ਹ। ਕੁਝ ਸਾਡੇ ਨਾਲ ਸੱਜਣ ਇਸ ਵੇਲੇ ਜੁੜੇ ਆ ਔਰ ਉਹਨਾਂ ਦਾ ਦ੍ਰਿਸ਼ਟੀਕੋਣ ਦੇਖਦੇ ਹਾਂ ਵੀ ਕਿਹੜੇ ਮਸਲੇ 'ਤੇ ਕੀ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ, ਬਲ ਬੋਲਦਾ ਜੀ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਮਹਾਰਾਜ, ਪਿੰਡ ਦੇ ਸਰਪੰਚ ਦੀ ਖੇਤਾਂ 'ਚ ਬਣ ਜੇ ਨਾ ਕੋਠੀ, ਅਤੇ ਉਹਦੀ ਕੋਠੀ ਨੂੰ ਪੁੱਛਦੇ ਵੀ ਇਹ ਅਕਾਲੀ ਸਰਪੰਚ ਆ, ਇਹਦੇ 8 ਦਿਨਾਂ 'ਚ ਸੜਕ ਬਣ ਜਾਂਦੀ ਆ ਜੀ। ਪਿੰਡ ਨੂੰ ਪੂਰੀ ਨੂੰ ਬਣਾਉਣੀ ਹੋਵੇ ਤਾਂ ਉਹ 8 ਸਾਲਾਂ 'ਚ ਨਹੀਂ ਇਹਨਾਂ ਬਣਾਈ ਜੀ। ਅਤੇ ਇਹਨਾਂ ਦਾ ਜਿਹੜਾ ਬਣਿਆ ਹੋਟਲ, ਇਹ ਭਾਵੇਂ ਸਾਰੇ ਪਿੰਡ ਠਾਲਣੇ ਪੈਣ, ਭਾਵੇਂ ਗੈਰ ਕਾਨੂੰਨੀ ਕੰਮ ਕਰਨੇ ਪੈਣ, ਉੱਥੋਂ ਇੱਕ ਪਿੰਡ ਦੀ NRI ਉਹਦੇ 5 ਕਿੱਲੇ ਜ਼ਮੀਨ ਵਿੱਚ ਆ ਗਈ। ਉਹਨੇ ਸਾਰੇ ਅਫਸਰਾਂ ਨੂੰ ਰੋਇਆ ਪਿੱਟਿਆ ਵੀ ਕੋਈ ਨਾ ਇਹ 2007-08 ਵਾਲੀ ਪਲੈਨ ਮਾਸਟਰ ਪਲੈਨਿੰਗ 'ਚ ਹੀ ਇਹ ਸੜਕਾਂ, ਨਾ ਕੋਈ ਹੁਣ ਮਨਜ਼ੂਰੀ ਆਈ, ਤੁਸੀਂ ਕਿਹੜੇ ਹਿਸਾਬ ਨਾਲ ਬਣਾਉਂਦੇ ਜੇ? ਇਹ ਕਿਤੇ ਨਹੀਂ ਸੁਣੀ ਗਈ, ਹੁਣ ਉਹ ਹਾਈ ਕੋਰਟ 'ਚ ਗਈ ਆ। ਬਿਲਕੁਲ ਪ੍ਰਗਟ ਜੀ, ਤੁਸੀਂ ਸਹੀ ਕਿਹਾ, ਇਹ NRI ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਇਸ ਵੇਲੇ ਗਏ ਆ। ਮੇਰੇ ਖਿਆਲ ਅੱਜ ਜਾਂ ਕੱਲ੍ਹ ਉਹਦੀ ਇਸ ਕੇਸ ਦੀ ਸੁਣਵਾਈ ਵੀ ਆ। ਇਨਫੈਕਟ ਬਹੁਤ ਸਾਰੇ ਹੋਰ ਵੀ ਉਸ ਜਿਹੜੇ ਇਲਾਕੇ ਦੇ ਜ਼ਿਮੀਂਦਾਰ ਆ ਜਾਂ ਹਾਈ ਕੋਰਟ 'ਚ ਗਏ ਆ ਜਾਂ ਉਹਨਾਂ ਨੇ ਵਕੀਲਾਂ ਤੱਕ ਪਹੁੰਚ ਕੀਤੀ ਆ। ਉਹਨਾਂ ਸਾਰਿਆਂ ਦਾ ਇਹ ਕਹਿਣਾ ਜੀ ਵੀ ਪੱਲਨਪੁਰ ਇੱਕ ਆਮ ਸਧਾਰਨ ਪਿੰਡ ਆ, ਉੱਥੇ ਬਹੁਤ ਸਾਰੇ ਹੋਰ ਵੀ ਖਿਜ਼ਰਾਬਾਦ, ਹਰੀਪੁਰ, ਬਰਦਾਰ, ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਉਸ ਇਲਾਕੇ ਦੇ ਆ। ਵੀ ਬਾਕੀ ਕਿਸੇ ਪਿੰਡ ਦੇ 'ਤੇ ਤੁਸੀਂ ਇਹ ਖਾਸ ਸੜਕ ਕੱਢੀ ਨਹੀਂ, ਅਤੇ ਇਸ ਪਿੰਡ ਦੀ ਕਿਉਂ ਖਾਸ ਸੜਕ ਕੱਢ ਰਹੇ ਜੇ? ਔਰ ਪੱਲਨਪੁਰ ਨੂੰ ਇੱਕ ਆਲਰੇਡੀ ਇੱਕ 7-8 ਕਿਲੋਮੀਟਰ ਦੀ ਇੱਕ ਸੜਕ ਜਿਹੜੀ ਆ ਉਹ ਪਹੁੰਚਦੀ ਉਸ ਪਿੰਡ ਤੱਕ। ਵੀ ਉਹ ਕਹਿੰਦੇ ਆ ਵੀ ਇਸ ਪਿੰਡ ਤੱਕ ਖਾਸ ਇਹ ਸੜਕ ਕਿਉਂ ਕੱਢੀ ਜਾ ਰਹੀ ਆ? ਔਰ ਜੇ ਇੱਕ ਨਿੱਜੀ ਰਿਜ਼ੋਰਟ ਵਾਸਤੇ ਕੱਢੀ ਜਾ ਰਹੀ ਆ ਤਾਂ ਉਹ ਪਰਿਵਾਰ ਜਿਹੜਾ ਵਾ ਆਪੇ ਹੀ ਜ਼ਮੀਨਾਂ ਅਕੁਆਇਰ ਕਰੇ ਅਤੇ ਆਪੇ ਹੀ ਫਿਰ ਸੜਕ ਬਣਾਵੇ, ਸਰਕਾਰ ਕਿਉਂ ਸੜਕ ਬਣਾ ਕੇ ਦੇ ਰਹੀ ਆ? ਔਰ ਲੱਗ ਇਹ ਰਿਹਾ ਵਾ ਵੀ ਉਹ ਜੋ ਉੱਥੇ ਜਿਵੇਂ ਮਿੱਟੀ ਮੁੱਟੀ ਪੁੱਠੀ ਆ, ਮੈਂ ਕੱਲ੍ਹ ਉੱਥੇ ਹੋ ਕੇ ਆਇਆ ਵਾਂ, ਵੀ ਉਹ ਕਰੀਬ 100 ਫੁੱਟ ਦੀ ਸੜਕ ਜਿਹੜੀ ਆ, ਪਹਿਲਾਂ ਲੱਗਦਾ ਸੀ ਵੀ 25 ਫੁੱਟ ਦੀ ਸੜਕ ਆ, ਇਹ ਕਰੀਬ 100 ਫੁੱਟ ਦੀ ਸੜਕ ਬਣ ਰਹੀ ਆ, 50 ਫੁੱਟ ਇੱਕ ਪਾਸੇ ਅਤੇ 50 ਫੁੱਟ ਦੂਜੇ ਪਾਸੇ। ਹੁਣ ਇੱਕ ਪਿੰਡ ਨੂੰ ਤੁਸੀਂ ਦੱਸੋ ਵੀ ਕਿਹੜਾ ਪਿੰਡ ਆ ਪੰਜਾਬ ਦਾ ਜਿੱਥੇ ਵਾਕਈ 100 ਫੁੱਟ ਦੀ ਸੜਕ ਆ? ਚੰਡੀਗੜ੍ਹ ਦੀਆਂ ਸੜਕਾਂ ਵੀ ਇਸ ਵੇਲੇ ਸਿਰਫ ਲੇਕ ਰੋਡ ਜਿਹੜੀ ਆ ਉਹ ਮੇਰੇ ਖਿਆਲ 100 ਫੁੱਟ ਦੀ ਸੜਕ ਆ, ਹੋਰ ਕੋਈ ਚੰਡੀਗੜ੍ਹ ਦੀਆਂ ਸੜਕਾਂ ਵੀ ਜਿਹੜੀਆਂ ਜਾਂ 25 ਜਾਂ 30 ਜਾਂ 40 ਫੁੱਟ ਦੀਆਂ ਸੜਕਾਂ ਵਾ। ਸੋ ਇਹ ਬੜੀ ਵਾਕਈ ਇੱਕ ਬਹੁਤ ਵੱਡਾ ਇੱਕ ਸਕੈਂਡਲ ਜਿਹਨੂੰ ਕਹਿ ਸਕਦੇ ਹਾਂ, ਘੁਟਾਲਾ ਜਿਹਨੂੰ ਕਹਿ ਸਕਦੇ ਹਾਂ, ਉਹ ਆ ਇਸੇ ਕਰਕੇ ਇਹ ਲੋਕ ਮਜਬੂਰ ਹੋ ਕੇ ਹਾਈ ਕੋਰਟ ਦੇ ਵਿੱਚ ਗਏ ਆ। ਪ੍ਰਗਟ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹੈਲੋ, ਹਾਂਜੀ ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ, ਮਹਿੰਦਰ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਮੈਂ ਕਹਿਣਾ ਚਾਹੁੰਦਾ ਜੀ, ਜਿਹੜੀ ਤੁਸੀਂ ਜੁਡੀਸ਼ੀਅਲ ਹਾਈ ਕੋਰਟ ਦੀ ਗੱਲ ਕੀਤੀ ਹੈ ਨਾ, ਦੋ ਮਸਲੇ ਕਹਿ ਰਹੇ ਨੇ ਜੀ ਹਾਈ ਕੋਰਟ 'ਚ ਗਏ ਹੋਏ ਨੇ, ਇੱਕ ਦਾ ਤਾਂ ਬੱਸਾਂ ਦਾ ਅਤੇ ਇੱਕ ਦੂਸਰਾ ਜੀ ਹਾਈ ਕੋਰਟ 'ਚ ਗਏ ਨੇ। ਜਿਹੜਾ ਤੁਸੀਂ ਕਹਿ ਰਹੇ ਨਾ ਜੁਡੀਸ਼ੀਅਲ ਤਾਂ ਬਹੁਤ ਸਟਰੋਂਗ ਆ, ਪਰ ਜੁਡੀਸ਼ੀਅਲ ਹੀ ਫੈਸਲਾ ਦੇ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ 'ਤੇ ਕਿੰਨੀ ਕੁ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ ਉਹਦੇ ਬਾਰੇ। ਮਹਿੰਦਰ ਸਿੰਘ ਜੀ, TV ਵੱਲ ਵੇਖ ਕੇ ਨਾ ਗੱਲ ਕਰੋ, ਤੁਸੀਂ ਤੁਹਾਡੀ ਗੱਲ ਬਿਲਕੁਲ ਸਾਫ਼ ਆ ਰਹੀ ਆ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਮੈਂ ਕਹਿਣਾ ਚਾਹੁੰਦਾ ਵੀ ਜੁਡੀਸ਼ੀਅਲ ਦਾ ਫੈਸਲਾ ਦੇ ਦੂਗਾ, ਮਗਰੋਂ ਕੋਈ ਕਾਰਵਾਈ ਨਹੀਂ ਹੋਣੀ, ਕਿਸੇ ਵੀ ਗੌਰਮੈਂਟ ਨੇ ਕੋਈ ਕਾਰਵਾਈ ਨਹੀਂ ਕਰਨੀ। ਨਹੀਂ, ਜੇ ਜੁਡੀਸ਼ਰੀ ਕੋਈ ਫੈਸਲਾ ਦਿੰਦੀ ਆ ਤਾਂ ਫਿਰ ਜੁਡੀਸ਼ਰੀ ਉਹਨੂੰ ਇੰਪਲੀਮੈਂਟ ਵੀ ਕਰਾਉਂਦੀ ਆ, ਇਨਫੋਰਸ ਵੀ ਕਰਾਉਂਦੀ ਆ। ਜੇ ਜੁਡੀਸ਼ਰੀ ਨੇ ਫੈਸਲਾ ਦਿੱਤਾ ਤਾਂ ਉਹ ਤਾਂ ਇੰਪਲੀਮੈਂਟ ਹੋਊਗਾ। ਤੁਹਾਨੂੰ ਯਾਦ ਹੋਊਗਾ ਬਹੁਤ ਸਾਲ ਪਹਿਲਾਂ ਨਿਊ ਚੰਡੀਗੜ੍ਹ ਜਦੋਂ ਉਦੋਂ ਵਸਣਾ ਸੀਗਾ, ਅੱਜ ਤੋਂ ਆਲਮੋਸਟ 15-20 ਸਾਲ ਪਹਿਲਾਂ, ਉਦੋਂ ਹਾਈ ਕੋਰਟ ਨੇ ਉੱਥੇ ਰੋਕ ਲਾਤੀ ਸੀ, ਫਿਰ ਇਹ ਨਵੀਂ ਟਾਊਨਸ਼ਿਪ ਨਹੀਂ ਵਸੀ ਸੀਗੀ। ਸੋ ਜੇ ਫੈਸਲਾ ਆਉਂਦਾ ਵਾ
ਅਤੇ ਉਹ ਇੰਪਲੀਮੈਂਟ ਅਤੇ ਇਨਫੋਰਸ ਤਾਂ ਜ਼ਰੂਰ ਹੋਊਗਾ, ਪਰ ਵੇਖਣਾ ਇਹ ਪੈਣਾ ਵਾ ਵੀ ਕੋਰਟ ਫੈਸਲਾ ਕੀ ਦਿੰਦੀ ਆ। ਹੁਣ ਬੱਸਾਂ ਦਾ ਮਸਲਾ ਜਿਹੜਾ ਵਾ ਉਹ ਪਿਛਲੇ ਮਹੀਨੇ ਕੁ ਤੋਂ ਆਲਰੇਡੀ ਕੋਰਟ ਦੇ ਵਿੱਚ ਆ, ਉਹਦੀ ਅਗਲੀ ਤਰੀਕ ਮੇਰੇ ਖਿਆਲ 26 ਜਾਂ 27 ਮਈ ਆ। ਸੋ ਕੋਈ ਨਾ ਕੋਈ ਉਹਦੇ 'ਤੇ ਕਾਰਵਾਈ ਤਾਂ ਹੋ ਤਾਂ ਰਹੀ ਆ, ਸਾਰਾ ਡਿਟੇਲਸ ਤਾਂ ਮੰਗ ਰਹੇ ਆ। ਇਸੇ ਤਰ੍ਹਾਂ ਹੀ ਇਹ ਮਸਲਾ ਜਿਹੜਾ ਵਾ ਇਹਦੇ 'ਤੇ ਵੀ ਮੇਰੇ ਖਿਆਲ ਨੋਟਿਸ ਆਫ ਮੋਸ਼ਨ ਵੇਖਦੇ ਹਾਂ, ਹੁੰਦਾ ਕਿ ਨਹੀਂ ਹੁੰਦਾ ਉਹਦੇ ਤੋਂ ਪਤਾ ਲੱਗੇਗਾ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਮੇਰੇ ਖਿਆਲ ਕਾਲ ਜਿਹੜੀ ਆ ਕੱਟ ਹੋ ਗਈ ਆ। ਇੱਥੇ ਹੁਣ ਅਸੀਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਇਸੇ ਤਰ੍ਹਾਂ ਹੀ ਵਿਚਾਰਦੇ ਰਵਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ 2-3 ਮਸਲਿਆਂ 'ਤੇ ਅੱਜ ਗੱਲ ਕਰ ਰਹੇ ਹਾਂ। ਇੱਕ ਤਾਂ ਹੈ ਬੱਸਾਂ ਦਾ ਮਸਲਾ, ਦੂਜਾ ਜਿਹੜਾ ਨਿਊ ਚੰਡੀਗੜ੍ਹ ਦੇ ਕੋਲ ਪੱਲਨਪੁਰ 'ਚ ਜਿਹੜਾ ਇੱਕ ਹੋਟਲ ਬਣ ਜਾ ਰਿਹਾ ਔਰ ਜਿਹੜੀ ਉੱਥੇ ਸੜਕ ਬਣਾਈ ਜਾ ਰਹੀ ਆ ਉਹਦੇ 'ਤੇ ਇੱਕ ਵਿਵਾਦ ਇਸ ਵੇਲੇ ਛਿੜਿਆ ਵਾ। ਕੁਝ ਸੱਜਣ ਸਾਡੇ ਨਾਲ ਨੇ, ਆਓ ਉਹਨਾਂ ਦੀ ਗੱਲ ਸੁਣਦੇ ਹਾਂ। ਹੈਲੋ, ਹੈਲੋ, ਹਾਂਜੀ ਹਾਂਜੀ, ਮੈਂ ਸ਼ਿਕਾਗੋ ਤੋਂ ਬੋਲਦਾ, ਬਚਿੱਤਰ ਸਿੰਘ। ਬਚਿੱਤਰ ਸਿੰਘ ਜੀ ਸ਼ਿਕਾਗੋ ਤੋਂ? ਹਾਂਜੀ ਹਾਂਜੀ। ਬਚਿੱਤਰ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ? ਮੈਂ ਕਹਿਣਾ ਚਾਹੁੰਦਾ ਵੀ ਬਾਲ ਦਾ ਜੋ ਚੱਲ ਰਿਹਾ ਹੈ। ਹਾਂਜੀ ਹਾਂਜੀ ਹਾਂਜੀ, ਦੱਸੋ। ਜੋ ਬਾਲ ਦਾ ਚੱਲ ਰਿਹਾ ਇੱਥੇ ਆਪਣੇ ਮੁਕਦਮਾ, ਉਹ ਕੁਛ ਵੀ ਨਹੀਂ ਬਣਨਾ, ਉਹ ਇਸ ਫਾਰਮੈਲਿਟੀ ਇੱਕ ਪੂਰੀ ਹੋਣੀ ਆ। ਬਚਿੱਤਰ ਸਿੰਘ ਜੀ, ਤੁਸੀਂ ਪੰਜਾਬ ਤੋਂ ਕਿੱਥੋਂ ਗਏ ਜੇ? ਮੈਂ ਖੇਮ ਕਰਨ ਤੋਂ ਗਿਆ। ਕਿੰਨੀ ਦੇਰ ਹੋ ਗਈ ਗਿਆ ਨੂੰ ਇੱਥੋਂ? ਮੈਨੂੰ 12-14 ਸਾਲ ਹੋ ਗਏ ਗਏ ਨੂੰ। ਨਹੀਂ ਇਹੋ ਜਿਹੀ ਗੱਲ ਨਹੀਂ ਗੀ, ਕਚਹਿਰੀਆਂ ਕਈ ਵਾਰ ਨੋਟਿਸ ਲੈਂਦੀਆਂ ਵੀ ਆ, ਕਈ ਵਾਰ ਕਾਰਵਾਈ ਵੀ ਕਰਵਾਉਂਦੀਆਂ ਵਾ। ਸੋ ਦੇਖੋ ਇਹ ਕੀ ਬਣਦਾ ਵਾ, ਆਪਾਂ ਪਹਿਲਾਂ ਨਾ ਬਣਾ ਲਈਏ ਵੀ ਵਿਚਾਰ ਬਣਾ ਲਈਏ ਵੀ ਕੁਝ ਨਹੀਂ ਬਣਨਾ। ਨਹੀਂ ਅਸੀਂ ਸਾਰਾ ਕੁਛ ਹੀ ਆਪਦੇ ਵੇਖਿਆ ਆ, ਜੋ ਕੁਛ ਵੀ ਆ। ਓਕੇ ਓਕੇ, ਬਚਿੱਤਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਬਾਕੀ ਦੇਖਦੇ ਹਾਂ ਕਿ ਇਸ ਵੇਲੇ ਕਚਹਿਰੀਆਂ ਦੇ ਵਿੱਚ ਇਹ ਮਸਲੇ ਦਾ ਕੀ ਬਣਦਾ ਜਾਂ ਕੀ ਨਹੀਂ ਬਣਦਾ। ਇਸ ਵੇਲੇ ਮੈਂ ਦੱਸਿਆ ਵੀ ਦੋਵੇਂ ਮਸਲੇ ਜਿਹੜੇ ਆ, ਬੱਸਾਂ ਦਾ ਮਸਲਾ ਵੀ ਅਤੇ ਦੂਸਰਾ ਜਿਹੜਾ ਸੜਕ ਜਿਹੜੀ ਬਣ ਰਹੀ ਆ ਉਹਦਾ ਮਸਲਾ ਵੀ ਇਸ ਵੇਲੇ ਵਿਚਾਰਾਧੀਨ ਆ ਸਾਡੀ ਕਚਹਿਰੀ ਦੇ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ। ਇੱਕ ਹੋਰ ਸੱਜਣ ਸਾਡੇ ਨਾਲ ਨੇ ਇਸ ਵੇਲੇ, ਦੇਖਦੇ ਹਾਂ ਇਹਨਾਂ ਦਾ ਕੀ ਨਜ਼ਰੀਆ ਵਾ, ਕੀ ਦ੍ਰਿਸ਼ਟੀਕੋਣ ਆ ਇਸ ਮਸਲੇ 'ਤੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਵਧਾਈ ਦੇਣਾ ਚਾਹੁੰਦਾ ਜੀ, ਮਤਲਬ ਕਿ ਆਹ ਬਾਲ ਦਾ ਰਿਸੋਰਟ ਜਿਹੜਾ ਮਸਲਾ ਜਿਹੜਾ ਲੈ ਕੇ ਆਉਂਦਾ ਜੀ, ਬੜੀ ਵਧੀਆ ਜੇ ਅਸੀਂ ਮੀਡੀਆ ਕੰਮ ਕਰਦਾ ਰਹੇ ਜੀ, ਮੇਰਾ ਹਾਲ ਵੀ ਪੰਜਾਬ ਦਾ ਕਾਫੀ ਫਾਇਦਾ ਹੋ ਜਾਊਗਾ। ਤੁਸੀਂ ਕੌਣ ਬੋਲ ਰਹੇ ਜੀ? ਆਪਣਾ ਆਪਣੀ ਇੰਟਰੋਡਕਸ਼ਨ ਹੀ ਦਿੱਤੀ। ਮੈਂ ਗੁਰਮੇਲ ਸਿੰਘ ਬੋਲਦਾ ਜੀ। ਗੁਰਦੇਵ ਸਿੰਘ ਕਿੱਥੋਂ ਜੀ? ਗੁਰਮੇਲ ਸਿੰਘ ਮੈਂ ਸੈਂਡੀ ਕੋਲ ਬੋਲਦਾ, ਐਕਚੁਅਲੀ ਮੈਂ ਫਰੀਦਕੋਟ ਤੋਂ ਹੈ ਪੰਜਾਬ ਚੋਂ। ਓਕੇ ਓਕੇ, ਅੱਗੇ ਵੀ ਤੁਸੀਂ ਕਾਲ ਕਰਦੇ ਰਹਿੰਦੇ ਜੀ ਕਿ ਪਹਿਲੀ ਵਾਰੀ ਕਾਲ ਕਰ ਰਹੇ? ਲੋਕਾਂ ਦੀਆਂ ਜਿਹੜੀਆਂ ਅਦਾਲਤਾਂ ਹੈਗੀਆਂ, ਲੋਕਾਂ ਦੀਆਂ ਵੋਟਾਂ ਆ ਰਹੀਆਂ, ਲੋਕਾਂ ਅਦਾਲਤਾਂ ਫੈਸਲਾ ਜ਼ਰੂਰ ਕਰਨਗੀਆਂ ਜੀ। ਬਿਲਕੁਲ ਠੀਕ ਆ ਗੁਰਮੇਲ ਸਿੰਘ ਜੀ, ਤੁਹਾਡਾ ਕਹਿਣਾ ਵਾ ਵੀ ਜੇ ਕੋਰਟਾਂ ਕੁਝ ਵੀ ਨਾ ਕਰਨ ਤੇ ਜੇ ਮੀਡੀਆ ਆਪਣਾ ਰੋਲ ਨਿਭਾਉਂਦਾ ਰਹੇ ਤੇ ਇਹਨਾਂ ਚੀਜ਼ਾਂ ਦਾ ਫਰਕ ਜ਼ਰੂਰ ਪੈਂਦਾ, ਕਿਉਂਕਿ ਲੋਕਾਂ ਦੇ ਵਿੱਚ ਜਾਣਕਾਰੀ ਮਿਲਦੀ ਹੈ ਲੋਕਾਂ ਨੂੰ ਔਰ ਲੋਕਾਂ 'ਚ ਜਾਗਰੂਕਤਾ ਜਿਹੜੀ ਆ ਉਹ ਪੈਦਾ ਹੁੰਦੀ ਹੈ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਔਰ ਉਹਨਾਂ ਦਾ ਦ੍ਰਿਸ਼ਟੀਕੋਣ ਸੁਣਦੇ ਹਾਂ ਕੀ ਹੈ। ਹੈਲੋ ਹੈਲੋ, ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਹੈਲੋ, ਅੱਜ ਸਾਡੇ ਕੋਈ ਤਕਨੀਕੀ ਪ੍ਰੋਬਲਮ ਕਰਕੇ ਕਾਲਸ ਕਈ ਥਰੂ ਨਹੀਂ ਹੋ ਰਹੀਆਂ। ਹੈਲੋ ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਮੇਲ ਸਿੰਘ ਗਿੱਲ ਬੋਲਦਾ ਟਰਾਂਟੋ ਤੋਂ। ਹਾਂਜੀ ਹਾਂਜੀ, ਗੁਰਮੇਲ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ? ਉਹ ਇਸ ਤਰ੍ਹਾਂ ਜੀ, ਜਦੋਂ ਚੋਰ ਨਾ ਕੁੱਤੀ ਰਲਜੇ ਨਾ ਤੇ ਉਦੋਂ ਚੋਰੀ ਨਹੀਂ ਫੜੀ ਜਾਂਦੀ। ਓਕੇ, ਇਹ ਬੜੀ ਪੁਰਾਣੀ ਕਹਾਵਤ ਹੈ, ਪਿੰਡਾਂ ਦੀ ਕਹਾਵਤ ਹੈ ਬੜੀ ਪੁਰਾਣੀ। ਹਾਂਜੀ ਹਾਂਜੀ ਹਾਂਜੀ, ਇਹ ਹੁਣ ਤੁਸੀਂ ਧੂਰੀ ਦੀ ਚੋਣ ਲੈ ਲਓ ਤੁਸੀਂ ਜੀ। ਇਹ ਅਰਵਿੰਦ ਖੰਨਾ ਨੂੰ ਨਾ ਇਹਨੇ ਕੈਪਟਨ ਨੇ ਕਹਿ ਕੇ ਮਤਲਬ ਕਿ ਅਸਤੀਫਾ ਦਵਾਤਾ
ਤੇ ਵੀ ਇਹ ਅੰਦਰ ਕਲੇਸ਼ ਇਹਨਾਂ ਦਾ ਆਪ ਜੀ ਭਾਜਪਾ ਨਾਲ ਚੱਲਦਾ ਸੀਗਾ ਤੇ ਵੀ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨੂੰ ਡਾਊਨ ਕਰਨ ਵਾਸਤੇ ਆਪਦਾ ਕੋਰਮ ਪੂਰਾ ਕਰ ਲਿਆ। ਸੋ ਤੁਹਾਡਾ ਮਤਲਬ ਹੈ ਵੀ ਸਾਰਿਆਂ ਦੀ ਮਿਲੀ ਭੁਗਤ ਆ? ਤੁਹਾਨੂੰ ਦੱਸੋ ਹੁਣ ਵੀ ਇਕੱਲਾ ਮੀਡੀਆ ਕੀ ਕਰੂਗਾ, ਮਤਲਬ ਕਿ ਮੀਡੀਆ ਤਾਂ ਆਪਦਾ ਜ਼ੋਰ ਲਾਉਂਦਾ, ਮੀਡੀਆ ਮਤਲਬ ਨਾਲ ਓਪੋਜੀਸ਼ਨ ਵੀ ਸਟਰੋਂਗ ਹੋਵੇ ਨਾ ਜੀ, ਅਪੋਜੀਸ਼ਨ ਸਟਰੋਂਗ ਚਾਹੀਦੀ ਹੈ ਸੰਧੂ ਸਾਹਿਬ, ਇਹਦੇ ਨਾਲ ਅਪੋਜੀਸ਼ਨ ਸਟਰੋਂਗ ਚਾਹੀਦੀ ਹੈ ਔਰ ਮੀਡੀਆ ਮੀਡੀਆ ਵੀ ਜ਼ੋਰ ਲਾਉਂਦਾ ਵਾ ਅਤੇ ਇਨਫੈਕਟ ਸਾਰੇ ਪਾਸਿਓਂ ਇਨਫੈਕਟ ਜਿਹੜੀ ਇੱਕ ਲੋਕਤੰਤਰ ਦੀ ਜਿਹੜੀਆਂ ਇੰਸਟੀਟਿਊਸ਼ਨਸ ਆ ਸਾਰਿਆਂ ਨੂੰ ਆਪਣੀ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਆ, ਤਦ ਹੀ ਸਾਡੇ ਸਿਸਟਮ ਦੇ ਵਿੱਚ ਸੁਧਾਰ ਆ ਸਕੂਗਾ। ਮੈਂ ਜਿਵੇਂ ਅੱਗੇ ਵੀ ਕਿਹਾ ਸੀਗਾ ਵੀ ਅਸੀਂ ਕਿਸੇ ਦੇ ਖਿਲਾਫ਼ ਨਹੀਂ, ਅਸੀਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ, ਅਸੀਂ ਤਾਂ ਬੇਸਿਕਲੀ ਰਾਜ ਦੀ ਬਿਹਤਰੀ ਜਿਹੜੀ ਆ ਉਹ ਹੀ ਚਾਹੁੰਦੇ ਹਾਂ, ਇਸੇ ਕਰਕੇ ਅਸੀਂ ਇਹ ਮਸਲੇ ਜਿਹੜੇ ਆ ਵਿਚਾਰਦੇ ਰਹਿੰਦੇ ਹਾਂ। ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦਾ ਵੀ ਵਿਚਾਰ ਸੁਣਦੇ ਹਾਂ ਕੀ ਆ। ਹੈਲੋ ਹੈਲੋ, ਹਾਂਜੀ ਭਾਈ ਜਾਨ, ਤੁਹਾਡੀ ਆਵਾਜ਼ ਆ ਰਹੀ ਆ, ਤੁਸੀਂ ਪੈਚ ਜੇ ਦੱਸੋ ਕੀ ਕਹਿਣਾ ਚਾਹੁੰਦੇ ਜੀ ਔਨ ਏਅਰ ਜੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਮੈਂ ਤਾਂ ਇਹੋ ਕਹਿਣਾ ਚਾਹੁੰਦਾ ਸੀ ਕਿ ਮੇਰਾ ਵੀਰ ਪਹਿਲਾਂ ਕਹਿ ਕੇ ਗਿਆ ਕਿ ਇਹਨਾਂ ਦਾ ਕੁਛ ਨਹੀਂ ਬਣਦਾ, ਲੇਕਿਨ ਬਣਦਾ ਤਾਂ ਕਿਉਂ ਨਹੀਂ। ਇੱਕ ਵਾਰੀ ਜ਼ਰੂਰ ਅਸੀਂ ਦੇਖਿਆ ਕਿ ਹਰਿਆਣੇ ਦੇ ਮੁੱਖ ਮੰਤਰੀ ਕੌਣ ਸੀ, ਦੇਵੀ ਲਾਲ ਦੇ ਬੇਟਾ ਓਮ ਪ੍ਰਕਾਸ਼ ਚੌਧਰੀ, ਜੀ ਉਹਨਾਂ ਨੂੰ ਸਜ਼ਾ ਮਿਲੀ ਹੈ ਜੀ, ਉਹਨਾਂ ਦੇ ਬੇਟੇ ਨੂੰ ਸਜ਼ਾ ਮਿਲੀ ਹੈ ਜੀ, ਕਿ ਇਹ ਵੀ ਨਹੀਂ ਛੱਡ ਦੇਣਾ ਚਾਹੀਦਾ ਕਿ ਕੋਰਟਾਂ 'ਚ ਨਿਆਂ ਮਿਲ ਸਕਦਾ ਜੀ ਕੋਰਟਾਂ ਤੋਂ, ਜੇ ਆਪਾਂ ਨੂੰ ਇਹ ਆਸ ਨਹੀਂ ਛੱਡਣੀ ਚਾਹੀਦੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਆਪਾਂ ਐਗਜ਼ਾਂਪਲ ਹਰਿਆਣੇ ਦਾ ਐਗਜ਼ਾਂਪਲ ਦੇਖਿਆ। ਤੁਸੀਂ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ, ਕੌਣ ਬੋਲ ਰਹੇ ਤੁਸੀਂ? ਬੋਲਦਾ ਜੀ ਨਿਊ ਜਰਸੀ। ਬਹੁਤ ਬਹੁਤ ਮਿਹਰਬਾਨੀ ਜੀ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ। ਇੱਕ ਹੋਰ ਸਾਡੇ ਨਾਲ ਸੱਜਣ ਜੇ, ਉਹਨਾਂ ਦੀ ਗੱਲ ਸੁਣ ਕੇ ਸਾਨੂੰ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਊ। ਹੈਲੋ ਹੈਲੋ, ਕਾਲ ਜਿਹੜੀ ਆ ਉਹ ਕੱਟ ਗਈ ਆ। ਹੁਣ ਅੱਜ ਇੰਨਾ ਹੀ, ਕੱਲ੍ਹ ਆਪਾਂ ਫਿਰ ਮਿਲਾਂਗੇ, ਪਰ ਕੱਲ੍ਹ ਆਪਾਂ ਮੋਦੀ ਸਰਕਾਰ ਦੇ 1 ਸਾਲ ਪੂਰੇ ਹੋਣ 'ਤੇ ਵਿਚਾਰ ਕਰਾਂਗੇ ਕਿ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਇਸ ਤੋਂ ਪਹਿਲੀ ਸਰਕਾਰ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਦੇ ਨਾਲੋਂ ਚੰਗੀ ਸੀ। ਤੁਸੀਂ ਵੀ ਆਪਣੇ ਵਿਚਾਰ ਦੇਣ ਲਈ ਤਿਆਰ ਹੋ ਜਾਓ, ਕੱਲ੍ਹ ਆਪਾਂ ਇਹ ਮਸਲਾ ਵਿਚਾਰਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।